ਆ ਕੰਮ ਭਲਾ ਮੈਂ ਇੱਥੋਂ ਦੱਸ ਕਿਉਂ ਹੁੰਦੇ ਆ ਹੁਣ ਛੱਡੇ ਛਡਾਏ। ਮੈਂ ਤਾਂ ਮਸਾਂ ਸਾਫ ਕੀਤੇ ਆ ਬਾਥਰੂਮ ਜੀ, ਇੱਕ ਚਿੱਟਾ ਪੱਥਰ ਲਵਾ ਲਿਆ, ਐ ਨੀ ਕੋਈ ਰੰਗਦਾਰ ਲਵਾ ਲਈ ਉੱਤੇ ਪੈਡ ਦਿਸੇ ਨਾ ਦਿਸੇ। ਆ ਕੱਪੜੇ ਧੋਣ ਲੱਗ ਗਈ ਇੱਥੇ ਪੈੜਾਂ ਹੋ ਗਈਆਂ, ਨਹਾਉਣ ਲੱਗ ਗਈ ਉੱਥੇ ਪੈੜਾਂ ਹੋ ਗਈਆਂ, ਉਹ ਧੋਤਾ ਦੁਆਰੇ ਆ ਫਲੈਸ਼ ਧੋਤੀ ਐ, ਸਾਰੇ ਕੱਪੜੇ ਧੋਤੇ ਐ। ਤੇ ਬੇਬੇ ਬੇਬੇ ਦਾ ਤਾਂ ਹੁਣ ਉਹ ਕੰਮ ਹੋ ਗਿਆ ਜਿਵੇਂ ਕਹਿੰਦੇ ਹੁੰਦੇ ਆ, ਸਹੇਲੀਆਂ ਕੋਲੇ ਟੱਪ ਗਈ। ਜਦੋਂ ਹੋ ਗਈ ਜ਼ਮੀਨ ਨਾ, ਫਿਰ ਤਾਂ ਤੂੰ ਕੌਣ ਤੇ ਮੈਂ ਕੌਣ। ਹੁਣ ਇੱਕ ਕੋਲੇ ਜਾਂਦੀ ਐ ਤੇ ਇੱਕ ਕੋਲੇ ਮੁੜਦੀ ਐ, ਨਾ ਕੋਈ ਸਬਜ਼ੀ ਦਾ ਉਹ ਪਿਆ, ਆਲੂ ਛਿੱਲ ਕੇ ਸਿੱਟੇ। ਕਹਿੰਦੀ ਚੀਰ ਲਈ ਭਾਈ, ਮੈਂ ਤਾਂ ਜਾ ਕੇ ਆਉਂਦੀ ਆ ਉਹਦੀਆਂ ਸਹੇਲੀਆਂ ਕੋਲੇ, ਮੈਨੂੰ ਤਾਂ ਮਾੜਾ ਜਿਹਾ ਕੰਮ ਐ। ਬਸ ਬੁੜੀ ਦੇ ਤਾਂ ਫੰਗ ਲੱਗ ਗਏ, ਜੋ ਜ਼ਮੀਨ ਨਾ ਲੱਗ ਗਈ, ਨਾਲ ਦੀ ਨਾਲ ਹੀ ਦੇਖ ਲਾ ਉਹਦਾ ਰੂਪ ਦਿਖਾਉਣ ਲੱਗ ਗਈ ਸੱਸ ਵਾਲਾ। ਚੱਲ ਮੈਂ ਚੀਰਦੀ ਆ ਜਾ ਕੇ, ਨਾ ਮੁੜ ਕੇ ਆ ਪਾਇਆ ਹੈਗਾ ਵੀ ਚੱਲ ਕੋਈ ਸਬਜ਼ੀ ਸੁਬਜ਼ੀ ਚਰਿਆ ਦੇ ਆਵੇ, ਨਾਲ ਮਾੜਾ ਮੋਟਾ ਬੰਦਾ ਕਰਾਈ ਦੇਵੇ। ਹਾਏ ਹਾਏ ਤੂੰ ਹੀ ਦੁਖਣ ਲੱਗ ਗਈ ਲੈ ਮੇਰੇ ਤਾਂ, ਮੇਰੇ ਤਾਂ ਐਂ ਜੀ ਕਰਦਾ ਹੁਣ ਮੈਂ 10 ਮਿੰਟ ਆਰਾਮ ਕਰ ਲਾਂ। ਕਿਹੜਾ ਆਰਾਮ ਕਰ ਲਾਂ, ਫਿਰ ਸਬਜ਼ੀ ਨੂੰ ਕਬੇੜਾ ਹੋ ਜਾਊਗਾ। ਹੁਣ ਮੈਂ ਸਬਜ਼ੀ ਚੀਰਾਂ ਜਾ ਕੇ, ਆਲੂ ਚੀਰਾਂ ਕਿਰਾ। ਮਸਾਂ ਚੜੇ ਦਮ ਚੜ ਜਾਂਦਾ, ਆ ਸਿੱਟ ਗਈ ਆਦਾ ਵਿਚਾਰਾ ਕਰਕੇ ਛਿੱਲ ਕੇ ਟੱਪਦੀ ਬਣੀ। ਕਹਿੰਦੀ ਭਾਈ ਚੀਰ ਲਾ, ਗੰਡਾ ਵੀ ਛਿੱਲਿਆ ਪਿਆ, ਆਲੂ ਛਿੱਲੇ ਪਏ, ਕੁਛ ਫਾੜੀਆਂ ਕਰਤਾ, ਜੋ ਜੀ ਆਇਆ ਚਿੱਤ ਮੰਨਿਆ ਜਿੱਧਰ ਨੂੰ ਜੀ ਕਰਿਆ, ਬਸ ਤੁਰ ਗਈ। ਹੁਣ ਉਹਨੂੰ ਕਿਹੜਾ ਕਿਸੇ ਦੀ ਪਰਵਾਹ ਹੈਗੀ, ਕੋਈ ਬੰਦਾ ਨੀ, ਸਿਆਣਾ ਬੰਦਾ ਐ ਕਹਿ ਦਿੰਦਾ ਯਾਰ ਭਾਈ ਮੈਂ ਬੈਠੀ ਬੈਠੀ ਸਬਜ਼ੀ ਚੀਰ ਦਿਆਂ, ਲੈ ਕੋਈ ਮਾੜਾ ਮੋਟਾ ਕਰਾ ਦਿਆਂ ਕਰੋ, ਤੇਰੇ ਨਾਲ ਤੇਰੀ ਵੀ ਟੂਹੀ ਦੁਖੀ ਹੁੰਦੀ ਨਾ। ਮੈਂ ਆਖਿਆ ਸੀ ਬੇਬੇ ਮੇਰੀ ਟੂਹੀ ਬਾਹਲੀ ਦੁਖੀ ਜਾਂਦੀ ਹੈ, ਤੇ ਮੁੜ ਕੇ ਆਪ ਨੂੰ ਆਏ ਨੀ, ਪੈਨ ਤਾਂ ਖੇਤ ਵੱਗ ਗਿਆ ਗੇੜਾ ਮਾਰਨ, ਪਤਾ ਨੀ ਕਿੱਧਰ ਵੱਗ ਗਿਆ, ਉੱਤੋਂ ਕਣੀਆਂ ਆਈ ਜਾਂਦੀਆਂ, ਮੌਸਮ ਖਰਾਬ ਹੋਇਆ ਪਿਆ। ਮੌਸਮ ਨੇ ਉਦੋਂ ਲਹੂ ਪੀਤਾ ਹੈਗਾ, ਮਸਾਂ ਸਪਰੇ ਕਰਾਈ ਸੀਗੀ ਅੱਜ, ਇੰਨਾ ਤੇਲਾ ਲੱਗਿਆ ਪਿਆ ਸੀਗਾ ਕਣਕ ਨੂੰ, ਆ ਉੱਤੋਂ ਕਣੀਆਂ ਪੈ ਗਈਆਂ, ਸਾਰੀ ਸਪਰੇ ਲੈ ਗਈ। ਉਹ ਦੱਸ ਕੀ ਕਰੀਏ, ਖਰਚੇ ਤਾਂ ਹੋਰ ਨੀ ਲੋਟ ਆਉਂਦੇ, ਦੂਰਾ ਦੂਰਾ ਖਰਚਾ ਹੋਰ ਹੋ ਜਾਂਦਾ, ਹਜੇ ਦੇਖ ਲਿਆ ਪਤਾ ਨੀ ਕਿਵੇਂ ਮੌਸਮ ਹੋਇਆ ਪਿਆ ਹੈਗਾ, ਉਹ ਸਾਰੇ ਕੰਮ ਨਾ ਖਰਾਬ ਹੋਈ ਜਾਂਦੇ ਨੇ, ਇਸ ਵਾਰੀ ਤਾਂ ਪਤਾ ਨੀ ਕੀ ਹੋਇਆ। ਕਿੱਧਰ ਵਗ ਗਏ ਸੀ? ਉਹ ਮੈਂ ਤਾਂ ਖੇਤ ਗਿਆ ਸੀਗਾ, ਸਪਰੇ ਕਰਾਈ ਸੀਗੀ, ਆਹ ਦੇਖ ਲੈ ਪਹਿਲੀ ਤੇਲਾ ਕਿੰਨਾ ਲੱਗਿਆ ਪਿਆ ਸੀਗਾ ਕਣਕ ਨੂੰ, ਤੇ ਜਿਹੜੀ ਸਪਰੇ ਕਰਾਈ ਸਾਰੀਆਂ ਕਣੀਆਂ ਪਈਆਂ, ਸਪਰੇ ਲੈ ਗਈ, ਹੁਣ ਦੁਬਾਰੇ ਕਰਨੀ ਪਊਗੀ। ਦੇਖ ਲੈ ਨਾ ਮੈਨੂੰ ਤਕਾਤਾ ਹੈ, ਮਸਾਂ ਤਾਂ ਮੈਂ ਰੋਟੀਆਂ ਬਣਾਈਆਂ, ਮਸਾਂ ਚਾਹ ਕਰੀ, ਕੀ ਗੱਲ ਸੀ ਫਿਰ ਅੱਜ ਨੂੰ ਨਾ ਲੈ ਕੇ ਜਾਂਦਾ ਦਿਹਾੜੀ, ਜੇ ਤੈਨੂੰ ਮੌਸਮ ਦਾ ਪਤਾ ਸੀ ਉੱਤੇ। ਓਲੇ ਮੈਂ ਮੈਨੂੰ ਮੌਸਮ ਦਾ ਕੀ ਪਤਾ ਸੀਗਾ, ਉਹ ਰੱਬ ਦੇ ਘਰ ਦਾ ਕੀ ਪਤਾ ਹੈ, ਐਂ ਸੀਗਾ ਵੀ ਮੌਸਮ ਸਾਫ ਹੈਗਾ, ਆਹ ਦੇਖ ਲੈ ਨੀ ਹਵਾ ਤਾਂ ਅੱਜ ਸਾਲ ਮੀਂਹ ਨਹੀਂ ਪਾਇਆ, ਹੁਣ ਮੀਂਹ ਪਤਾ, ਹਵਾ ਤਾਂ ਸਵੇਰ ਦੀ ਚੱਲਦੀ ਸੀ ਤੇ ਹੀ ਨਹੀਂ ਧਿਆਨ ਦਿੱਤਾ ਮੌਸਮ 'ਚ, ਮੈਂ ਤਾਂ ਹਵਾ ਚੱਲਦੀ ਸੀਗੀ, ਫਿਰ ਸਪਰੇਹਾਂ ਤਾਂ ਕਰਨੀਆਂ ਪੈਂਦੀਆਂ ਨੇ, ਤੂੰ ਤਾਂ ਹੁਣ ਕਹੀ ਜਾਨੀ ਹੈ, ਤੈਨੂੰ ਤਾਂ ਹੁਣ ਐਂ ਫਿਰ ਮੈਨੂੰ ਕੰਮ ਕਰਨਾ ਪੈ ਗਿਆ। ਹੋਰ ਫਿਰ ਹੁਣ ਲੈ ਬੇਬੇ ਨੂੰ ਐਂ ਨਹੀਂ ਵੀ ਸਬਜ਼ੀ ਚੀਰ ਜਾ, ਸਬਜ਼ੀ ਤਾਂ ਚੀਰੀ ਨਹੀਂ ਤੇ ਬਾਹਰ ਨੂੰ ਟੱਪ ਗਈ ਸਿੱਟ ਕੇ ਆਲੂ, ਕਹਿੰਦੀ ਭਈ ਤਾਂ ਚੀਰ ਲਾਭ ਦੇ ਕੇ ਨਾ ਆਲੂਆਂ ਦੀ ਸਬਜ਼ੀ ਬਣਾਏਗੀ, ਕੱਲੇ ਆਲੂ ਤਾਂ ਕਿਉਂ ਬਣਾਉਂਗੀ, ਮੈਂ ਤਾਂ ਐਂ ਕਰ ਲਿਆ ਉਹ ਰਾਜਮਾਂਹ ਪਏ ਸੀ ਮੁੱਠੀ ਕਮਾਓ ਪਿਆਂ ਤੇ, ਉਹ ਰਾਜਮਾਂਹ ਤੂੰ ਪਿਓਏ ਹਾਂ ਆਪਦੀ ਮਰਜ਼ੀ ਨਾਲ ਪਿਓ ਤੇ ਹੋਰ ਹੁਣ ਉਹ ਆਪਣੀ ਬੇਬੇ ਦਾ ਰਾਜਮਾਂਹ ਖਾਂਦੀ ਨਹੀਂ ਹੈਗੀ, ਤੂੰ ਕਿੱਥੇ ਫਿਰਦੀ ਐ? ਓਹੋ ਤੂੰ ਤਾਂ 5 ਸਾਲਾਂ ਦੀਆਂ ਪੁਰਾਣੀਆਂ ਗੱਲਾਂ ਚੱਕ ਕੇ ਬਹਿ ਗਿਆ, ਉਹ ਤਾਂ 5 ਸਾਲ ਪਹਿਲਾਂ ਸੀ ਬੇਬੇ ਜਦੋਂ ਖਾਂਦੀ ਨਹੀਂ ਸੀ, ਹੁਣ ਤੈਨੂੰ ਕੀ ਪਤਾ ਬੇਬੇ ਉੱਥੇ ਜਾ ਕੇ ਖਾਣੀ ਲੱਗ ਗਈ ਹੋਵੇ। ਲੈ ਲੈ ਉਹ ਬੰਦੇ ਦਾ ਸੁਭਾਅ ਨਹੀਂ ਬਦਲਦਾ ਹੁੰਦਾ, ਨਾਲੇ ਬਗਾਨੇ ਘਰ ਕੌਣ ਉਹੀ ਗੱਲ ਫਰਮਾਇਸ਼ਾਂ ਪੂਰੀਆਂ ਕਰਦਾ ਹੁੰਦਾ, ਉੱਥੇ ਬੰਦਾ ਸਭ ਕੁਝ ਖਾਣ ਲੱਗ ਜਾਂਦਾ। ਅੱਛਾ ਇਹਦਾ ਮਤਲਬ ਹੁਣ ਬੇਬੇ ਉੱਥੇ ਰਾਜਮਾਂਹ ਵੀ ਖਾਣ ਲੱਗ ਗਈ ਹੂ? ਲੈ ਲੱਗ ਗਈ ਹੂ ਜਮਾ, ਤੂੰ ਦੇਖ ਲਈ। ਉਹ ਰਹਿਣ ਦੇ, ਕੋਈ ਨਹੀਂ ਮੈਂ ਆਪੇ ਪੁੱਛ ਲੂੰਗੀ, ਤੂੰ ਨਾ ਪਹਿਲੀ ਕਿਤੇ ਕਹਿ ਦੀ ਉਹਨੂੰ। ਉਹ ਮੈਂ ਤਾਂ ਕਿਉਂ ਕਹੂੰਗਾ, ਮੈਂ ਤਾਂ ਤੈਨੂੰ ਦੱਸ ਦਾਂਗਾ, ਤੂੰ ਭੁੱਲ ਗਈ ਬੇਬੇ ਦਾ ਸੁਭਾਅ ਹੈਗਾ, ਬੇਬੇ ਰਾਜਮਾਂਹ ਦੀ ਕੋਈ ਸਬਜ਼ੀ ਨਹੀਂ ਖਾਂਦੀ। ਫਿਰ ਹੁਣ 5 ਸਾਲ ਹੋ ਗਏ, ਹੁਣ ਮੇਰੇ ਕਿਹੜਾ ਯਾਦ ਰਹਿੰਦੀ ਆ ਗੱਲਾਂ, ਭੁੱਲ ਜਾਂਦੇ ਆਗੇ, ਭੁੱਲ ਜਾਂਦੇ ਆਗੇ। ਤੂੰ ਆਪਦੀ ਮਰਜ਼ੀ ਕਰਦੀ ਆ, ਉਹ ਮੇਰੀ ਮਾਂ ਨੂੰ ਦੇਖ ਰਿਹਾ ਤੂੰ ਟੁੱਕ ਦੇ ਡੇਲੇ ਸਮਝਦੀ ਆ, ਮੇਰੀ ਮਾਂ ਤੂੰ ਉਹੀ ਗੱਲਾਂ ਕਰਨ ਲੱਗ ਗਈ ਜੇ ਪਹਿਲਾਂ ਕਰਦੀ ਸੀ ਮੇਰੀ ਮਾਂ, ਕਾਦੇ ਨਾਲ ਕਰਨ ਲੱਗ ਗਈ ਉਹੀ ਗੱਲਾਂ, ਨਹੀਂ ਤਾਂ ਬੇਬੇ ਦੇ ਨਾਲ ਜ਼ਮੀਨ ਕਰਾਤੀ 10 ਕਿੱਲੇ, ਤੇ ਬੇਬੇ ਦੇਖ ਲੈ ਤੜਕੇ ਦੀ ਘਰੇ ਨਹੀਂ ਖੜੀ।
ਉਹ ਫਿਰ ਮੇਰੀ ਗੱਲ ਸੁਣ, ਜੇ ਜ਼ਮੀਨ ਉਹਦੇ ਨਾ ਕਰਾਤੀ ਮੇਰੀ ਨਾ, ਮੇਰੀ ਮਾਂ ਦੀ ਜ਼ਮੀਨ ਸੀ ਉਹ, ਫਿਰ ਕੀ ਗੱਲ ਹੈਗੀ? ਹੁਣ ਨੂੰ ਮਤਲਬ ਕਿਤੇ ਜਾਵੇ ਵੀ ਨਾ ਉਹ? ਉਹ ਨਾ ਦੱਸਣ ਗਈ ਆਪਦੀਆਂ ਸਹੇਲੀਆਂ ਨੂੰ ਵੀ ਭੈਣੀ ਜਿਹੜੀ ਮੈਂ ਆਪਦੇ ਨਾਂ ਲਹਾ ਕੇ ਜ਼ਮੀਨ ਕਰਾਈ ਸੀ ਆਪਦੀ ਨੂੰਹ ਦੇ ਨਾਂ, ਉਹ ਹੁਣ ਮੇਰੇ ਨਾਂ ਆ ਗਈ ਦੁਬਾਰੇ। ਬੁੜੀਆਂ ਨੂੰ ਬੁੜੀਆਂ ਨੂੰ ਫਿਰ ਮੇਰੀ ਗੱਲ ਸੁਣ ਲੈ, ਇੱਕ ਬੰਦੇ ਨੂੰ ਖੁਸ਼ੀ ਤਾਂ ਹੁੰਦੀ ਹੈ, ਵਿਚਾਰੀ ਨਾਲ 10 ਕਿੱਲੇ ਜ਼ਮੀਨ ਲਹਾ ਲਈ ਸੀਗੀ, ਕਈ ਸਾਲ ਮੇਰੇ ਨਾਨਕੀ ਰਹਿ ਕੇ ਆਈ ਹੈ, ਉਹ ਕੀ ਗੱਲ ਹੈ ਜੇ ਕਿਸੇ ਕੋਲ ਢਿੱਡ ਫਰੋਲ ਲੈਂਦੀ ਹੈ ਉਹ? ਚੱਲ ਮੈਂ ਤਾਂ ਕਿਹੜਾ ਕਹਿੰਦੀ ਆ ਵੀ ਕਿਉਂ ਗਈ, ਚਲਾ ਸਬਜ਼ੀ ਸੂਜੀ ਚੀਰ ਜਾਂਦੀ, ਮਾੜਾ ਮੋਟਾ ਮੇਰੇ ਨਾਲ ਵੀ ਕਰਾ ਲੈਂਦੀ, ਮੈਂ ਵੀ ਥੱਕੀ ਪਈ ਸੀ। ਉਹ ਮੇਰੀ ਗੱਲ ਸੁਣ ਲੈ, ਜਿਵੇਂ ਮੇਰੀ ਮਾਂ ਕਹਿੰਦੀ ਹੁੰਦੀ ਆ ਨਾ, ਤੂੰ ਉਵੇਂ ਜਿਕਰੀ ਕਰ ਲਿਆ ਕਰ, ਹੁਣ ਤਾਂ ਉਹਦੀਆਂ ਮੰਨ ਲੈ, ਤੂੰ ਪਹਿਲਾਂ ਉਹਦੇ ਨਾਲ ਬਥੇਰੀਆਂ ਕੀਤੀਆਂ ਨੇਗੀਆਂ। ਮੰਨੀ ਤਾਂ ਜਾਨੀ ਹੁਣ, ਹੋਰ ਕਿਵੇਂ ਮੰਨਾ ਬੇਬੇ ਦੀਆਂ? ਕਿਵੇਂ ਮੰਨੇਗੀ? ਰਾਜਮਾਂਹ ਧਰੀ ਬੈਠੀ, ਰਾਜਮਾਂਹ ਮੇਰੀ ਮਾਂ ਨੀ ਖਾਂਦੀ, ਹੋਰ ਕਿਵੇਂ ਹਜੇ ਕੀ? ਕੋਈ ਗੱਲ ਨੀ, ਪੁੱਛਾਂਗੇ ਬੇਬੇ ਨੂੰ, ਕੋਈ ਮਾੜੀ ਮੋਟੀ ਮੈਂ ਹੋਰ ਬਣਾ ਦੂੰਗੀ, ਜੇ ਨਾ ਖਾਧਾ ਐ ਕਰ, ਮੱਝਾਂ ਕਰਨੀ ਦੇਖ ਕੇ ਉਹਨਾਂ ਨੂੰ ਹਰਾ ਹਰਾ ਪਾਇਆ। ਮੱਝਾਂ ਨੂੰ ਹਰਾ ਪਾਈ ਨੀ ਹਜੇ? ਨਾ ਮੈਂ ਤਾਂ ਪਾਇਆ ਨੀ, ਮੈਥੋਂ ਇੰਨੇ ਕੰਮ ਕਿੱਥੇ ਹੁੰਦੇ ਆ ਪਹਿਲਾਂ, ਇੰਨੇ ਮੈਂ ਕਿੰਨੇ ਕੁ ਕਰ ਲਾਂ, ਮੈਂ ਤਾਂ ਡੱਕਾ ਨੀ ਸੀ ਦੂਰਾ ਕਰਿਆ ਕਦੇ, ਮੈਨੂੰ ਸਾਰੇ ਕਰਨੇ ਪਏ। ਲੱਗ ਗਿਆ ਹੁਣ ਪਤਾ, ਆਹੋ ਡੱਕਾ ਨੀ ਦੂਰਾ ਕੀਤਾ ਸੀਗਾ। ਜਾ ਜਾ ਤੂੰ ਐ ਕਰ, ਮੱਝਾਂ ਨੂੰ ਪਾਣੀ ਪਾਇਆ ਤੇ ਹਰਾ ਪਾਇਆ, ਬਾਲਾ ਬੋਲਣਾ ਮੇਰੇ ਨਾਲ। ਆਹੋ ਤੇਰੇ ਨਾਲ ਬੋਲਣਾ, ਉਹ ਮੇਰਾ ਵੀ ਤਾਂ ਮਨ ਭੈੜਾ ਹੋਇਆ ਪਿਆ, ਮੈਂ ਇੰਨਾ ਖਰਚਾ ਕੀਤਾ ਸੀਗਾ, ਸਾਰੀ ਸਪਰੇਅ ਲੈ ਗਈ। ਫਿਰ ਹੁਣ ਮੈਂ ਤਾਂ ਨੀ ਕਿਹਾ ਸੀ ਰੱਬ ਨੂੰ ਮੀਂਹ ਪਾਉਣ ਨੂੰ ਵੀ ਮੇਰੇ ਕਹੇ ਪਾਇਆ ਨੀ? ਤੂੰ ਤਾਂ ਮੈਂ ਕਿਹੜੇ ਤੈਨੂੰ ਕਹਿਣਾ ਵੀ ਤੂੰ ਕਿਹਾ ਸੀਗਾ, ਕੋਈ ਗੱਲ ਨੀ, ਨੀਰਾ ਤਾਂ ਹੁਣ ਪਾਉਣਾ ਹੀ ਪਊਗਾ ਮੈਨੂੰ। ਜਾ ਜਾ ਤੂੰ ਨੀਰਾ ਪਾਇਆ ਜਾ ਕੇ, ਤੇ ਮੈਂ ਤੇਰੇ ਆਉਂਦੇ ਨੂੰ ਕੋਈ ਨੀ ਸਬਜ਼ੀ ਬਣਾ ਲੂੰਗੀ, ਤੇ ਜੇ ਬੇਬੇ ਆ ਗਈ ਤਾਂ ਉਹਨੂੰ ਪੁੱਛ ਲੂੰਗੀ, ਕੀ ਪਤਾ ਬੇਬੇ ਰਾਜਮਾਂਹ ਖਾਣੀ ਲੱਗ ਗਈ ਹੋਵੇ, ਇੰਨੇ ਸਾਲ ਹੋ ਗਏ, ਹੁਣ ਇਹ ਤਾਂ ਪੁਰਾਣੀਆਂ ਗੱਲਾਂ ਲੈ ਕੇ ਬੈਠਾ ਹੈਗਾ। ਬਗਾਨੇ ਘਰ ਕਿੱਥੇ ਫਰਮਾਇਸ਼ਾਂ ਪੂਰੀਆਂ ਹੁੰਦੀਆਂ, ਪੇਕਿਆਂ ਦੇ ਘਰੇ ਰਹਿੰਦੀ ਸੀ, ਉੱਥੇ ਭਰਜਾਈਆਂ ਆਪਦੀ ਮਰਜ਼ੀ ਨਾਲ ਧਰਦੀਆਂ ਹੋਣਗੀਆਂ, ਮਾਮੀ ਵਰਗੀਆਂ ਦਾਲ ਜੇ ਅਸੀਂ ਦੇ ਦਿੰਦੇ ਹੋਣਗੀਆਂ ਖਾ ਲੈਂਦੀ ਹੋਊਗੀ। ਮੈਂ ਤਾਂ ਕਹਿ ਦੂੰ ਵੀ ਬੇਬੇ ਮੈਂ ਤਾਂ ਭੁੱਲ ਗਈ ਇੰਨੇ ਸਾਲਾਂ ਦੀ, ਮੇਰੇ ਤਾਂ ਗੱਲ ਯਾਦ ਨਹੀਂ ਰਹੀ, ਜੇ ਯਾਦ ਹੁੰਦੀ ਤਾਂ ਭਾਈ ਮੈਂ ਨਾ ਪਿਆਉਂਦੀ। ਲੈ ਦੇਖ ਲਾ, ਜੇ ਕੋਈ ਚੰਗਾ ਕੰਮ ਹੁੰਦਾ ਚੰਗੇ ਕੰਮ ਦੀਆਂ ਵਧਾਈਆਂ ਦਿੰਦੇ, ਅੱਜ ਤਾਂ ਮੈਂ ਵਧਾਈਆਂ ਲੈਂਦੀ ਥੱਕ ਗਈ, ਵਧੀਆ ਹੋ ਗਿਆ ਕਹਿੰਦੇ ਸਾਰਿਆਂ ਨੇ ਵਧਾਈਆਂ ਦਿੱਤੀਆਂ, ਜ਼ਮੀਨ ਦੀਆਂ ਵੀ ਤੇਰੇ ਨਾਂ ਲੱਗ ਗਈ, ਚੰਗੇ ਦਿਨ ਚੜਿਆ ਸੀਗਾ ਕੋਈ, ਜਿਹੜੀ ਮੈਂ ਬਾਹਰ ਗਈ ਇੰਨੀਆਂ ਵਧਾਈਆਂ ਮਿਲੀਆਂ। ਮੈਂ ਤਾਂ ਕਹਿੰਦੀ ਜਿਹੋ ਜਿਹੀਆਂ ਵਧਾਈਆਂ ਮੈਨੂੰ ਮਿਲਦੀਆਂ ਰੱਬ ਸਭ ਨੂੰ ਦਵਾਵੇ ਇਹੋ ਜਿਹੀਆਂ। ਕੁੜ ਭਾਈ ਦਾਲ ਧਰ ਲਈ? ਹਾਂ ਬੇਬੇ ਦਾਲ ਤਾਂ ਮੈਂ ਧਰ ਲਈ। ਕਾਹਦੀ ਧਰ ਲਈ? ਬੇਬੇ ਆਲੂ ਤਾਂ ਵੇਖ ਤੂੰ ਆਹ ਵਿਚਾਰਾ ਜਿਹਾ ਕਰਕੇ ਛੱਡੀ ਗਈ ਸੀ, ਉਹ ਮੈਂ ਚੀਰ ਲਏ। ਮੈਂ ਤਾਂ ਨਾ ਵਿੱਚ ਰਾਜਮਾਂਹ ਪਿਉਂ ਕੇ ਰਾਜਮਾਂਹ ਪਾਤੇ ਮੁੱਠੀ ਕੁ ਖਾ ਲੇਂਗੇ ਤੂੰ, ਬੂਹਾ ਮਰ ਜਾ ਰਾਜਮਾਂਹ ਪਾਤੇ ਤੂੰ, ਰਾਜਮਾਂਹ ਮੈਂ ਖਾਧੇ ਨਾ ਕਰੇ ਨਾ ਕਹਿੰਦਾ, ਤੈਨੂੰ ਪਤਾ ਤਾਂ ਹੈ ਵੀ ਖਾਂਦੀ ਨੀ ਬੇਬੇ। ਬੇਬੇ ਮੈਨੂੰ ਤਾਂ ਐਂ ਸੀ ਹੁਣ ਵੀ ਤੈਨੂੰ 5 ਸਾਲ ਹੋ ਗਏ ਇੱਥੋਂ ਗਈ ਨੂੰ, ਹੁਣ ਤੂੰ 5 ਸਾਲਾਂ ਚ ਕੀ ਪਤਾ ਫਿਰ ਮਾਮੀ ਹੋਰ ਵੀ ਤਾਂ ਬਣਾਉਂਦੀ ਹੋਣਗੀਆਂ। ਮੈਂ ਮਾਮੀ ਹੋਰ ਬਣਾਉਂਦੇ ਹੋਣਗੇ, ਬਣਾਈ ਜਾਣ ਫਿਰ, ਮੈਂ ਤਾਂ ਚਟਨੀਆਂ ਖਾ ਲੈਣੀ ਸੀ ਜੇ ਉਹ ਬਣਾਉਣਾ ਸੀ, ਮੈਂ ਤਾਂ ਕਦੇ ਖਾਧੀ ਨੀ ਭਾਈ ਰਾਜਮਾਂਹ ਹੁੰਦਾ। ਅੱਗੇ 5 ਸਾਲ ਹੋ ਗਏ ਜਦੋਂ ਮੈਂ 40 ਸਾਲ ਦੀ 45 ਦੀ ਹੋ ਗਈ, ਉਦੋਂ ਦਿਨ ਨੇ ਖਾਧੇ, ਹੁਣ ਮੈਂ 5 ਸਾਲਾਂ ਚ ਉੱਥੇ ਰਾਜਮਾਂਹ ਖਾਣ ਲੱਗ ਗਈ। ਬੇਬੇ ਫਿਰ ਚਟਨੀ ਬਣਾ ਦੇਣੀ ਫਿਰ ਨਾ ਮੇਰੇ, ਉੱਥੇ ਤਾਂ ਮੈਨੂੰ ਬਗਾਨੇ ਘਰ ਸੀ, ਸਰਦਾ ਨੀ ਸੀ, ਖਾ ਲੈਂਦੀ ਸੀ, ਮੈਂ ਨੀ ਖਾਂਦੀ ਖੁੰਦੀ ਭਾਈ, ਚੱਜਰੀ ਦਾਲ ਨਾ ਖਾਓ ਮੈਂ ਤਾਂ ਰੋਟੀ। ਬੇਬੇ ਹੋਰ ਹੁਣ ਕੀ ਬਣਾਵਾਂ ਤੈਨੂੰ, ਹੋਰ ਹੁਣ ਕੀ ਦਾਲਾਂ ਹੋਰ ਹੋਏ ਨੀਗਾ, ਛੋਲੂਆ ਪਿਆ, ਹੁਣ ਛੋਲੂਆ ਪਨੀਰ ਬਣਾ ਦੇ ਭਾਈ, ਮੈਂ ਨੀ ਖਾਂਦੀ ਰਾਜਮਾਂਹ। ਛੋਲੂਆ ਪਨੀਰ ਬੇਬੇ? ਹਾਂ ਲੈ, ਹੁਣ ਪਹਿਲਾਂ ਤਾਂ ਇੰਨਾ ਮੱਥਾ ਮੈਂ ਉਹ ਸਬਜ਼ੀ ਤੇ ਮਾਰਿਆਗਾ, ਤੇ ਹੁਣ ਮੈਂ ਛੋਲੂਆ ਪਨੀਰ ਹੀ ਬਣਾਵਾਂ। ਐਂ ਕਰ, ਜੇ ਇੱਕ ਦਿਨ ਚਟਨੀ ਖਾ ਲੇਂਗੀ ਫਿਰ ਕੀ ਹੁੰਦਾ, ਕੱਲ ਨੂੰ ਬਣਾ ਦੇ। ਨਾ ਨਾ ਭਾਈ ਮੈਂ ਨੀ ਖਾਂਦੀ, ਕਹਿੰਦੇ ਚਟਨੀ ਚੁਟਨੀ ਆਈ ਨੀ, ਮੈਂ ਕਾਜਾ ਮਚਾਈ ਜਾਵਾਂ ਚਟਨੀ ਨਾਲ, ਖਾਵਾਂ ਮੈਂ ਬਗਾਨੇ ਘਰੇ, ਉੱਥੇ ਕਿਵੇਂ ਖਾਧੀਆਂ ਮਾਰਦੇ ਪੇਕਾਂ ਦੇ ਘਰੇ ਚਟਨੀ ਨਾਲ ਖਾਧੀਆਂ, ਕਾਹਦੇ ਨਾਲ, ਉਹੀ ਕੀਤਾ ਮੇਰੇ ਨਾਲ ਫਿਰ ਇੱਥੇ ਹੋ ਗਿਆ। ਹੁਣ ਮੈਂ ਸਿਣਕੀ ਪਿਣ ਕੇ ਰੋਟੀ ਖਾਂਦੀ, ਮਾਨ ਤਾਂ ਨਾ ਖਾਇਆ ਕਰੋ, ਮੈਂ ਨੀ ਖਾਂਦੀ ਆਈ। ਲੈ ਬੇਬੇ ਦਾ ਵੀ ਸਰ ਗਿਆ ਹੁਣ, ਹੁਣ ਬੇਬੇ ਦੇ ਨਾਂ ਜ਼ਮੀਨ ਹੋ ਗਈ ਨਾ, ਬੇਬੇ ਤਾਂ ਉਹੀ ਗੱਲ ਹੁਣ ਸੱਸਾ ਦਾ ਰੂਪ ਦਿਖਾਉਣ ਲੱਗ ਗਈ ਮੈਨੂੰ, ਜਿਹੜੇ ਕੰਮ ਪਹਿਲਾਂ ਕਰਦੀ ਸੀ ਉਹੀ ਦੁਬਾਰੇ ਕਰਨੇ ਸ਼ੁਰੂ ਕਰਤੇ ਨੇ ਤਾਂ ਹੁਣ ਇਹ ਤਾਂ ਕਹਿੰਦੀ ਨਾ ਮੈਨੂੰ ਤਾਂ ਛੋਲੂਆ ਪਨੀਰ ਬਣਾ ਕੇ ਦੇ, ਹੁਣ ਲੈ ਪਨੀਰ ਮੈਂ ਉਹਨੂੰ ਕਹਿ ਦਿੰਦੀ ਆ ਵੀ ਅੱਧੇ ਤੋਂ ਨਹੀਂ ਤਾਂ ਮੈਨੂੰ ਪਨੀਰ ਲਿਆ ਦੇਣੇ, ਕੱਢਿਆ ਕਢਾਇਆ ਛੋਲੂਆ ਲਿਆ ਦੇ, ਬੇਬੇ ਜੋਗਰੀ ਬਣਾ ਦੇਣੇ, ਜਾਂ ਐਂ ਪੁੱਛ ਲੂੰਗੀ ਉਹਨੂੰ, ਬੇਬੇ ਨੂੰ ਬੜਾ ਪਤਾ ਲੱਗਦਾ ਵੀ ਉਹ ਕਰਨ ਕੀ ਜਾਂਦਾ, ਉਹਨੂੰ ਐਂ ਪੁੱਛ ਲੂੰਗੀ ਵੀ ਤੂੰ ਹੋਟਲ ਤੇ ਐਂ ਪੁੱਛਿਆ ਛੋਲੂਆ ਪਨੀਰ ਦੀ ਸਬਜ਼ੀ ਮਿਲਦੀ ਹੈ, ਉੱਥੋਂ ਮੰਗਾ ਲੈਂਦੇ ਆ, ਨਾਲੇ ਵਧੀਆ ਕਰਾਰੀ ਉਹਨੂੰ ਸਵਾਦ ਲੱਗੂਗੀ। ਹੁਣ ਐਂ ਕਰਦੀ ਹਾਂ, ਮੈਥੋਂ ਹੁਣ ਵਾਰੀ ਵਾਰੀ ਕਰੂ ਜਿਹਦੀਆਂ, ਮੈਂ ਦੱਸ ਕੀ ਕਰਾਂ।
ਲੈ ਦੇਖ ਲਾ ਉਦੋਂ ਤਾਂ ਕਹਿੰਦੇ ਇੱਥੇ ਹਾੜੇ ਕੱਢੀ ਗਈ ਹੈ ਮੇਰੇ ਪੁੱਤ ਦੇ ਵੀ ਜਾ ਬੇਬੇ ਨੇ ਲਿਆ ਬੇਬੇ ਨੇ ਲਿਆ ਮੇਰਾ ਜੀ ਨੀ ਲੱਗਦਾ ਉਹਨੇ ਜਾ ਕੇ ਮੈਨੂੰ ਪੁੱਤ ਨੇ ਦੱਸਿਆ ਕਿ ਕਹਿੰਦੇ ਤੇਰੀ ਨੂੰਹ ਕਹਿੰਦੀ ਹੈ ਹੁਣ ਇਹ ਸਬਜ਼ੀ ਕਿੰਨੀ ਔਖੀ ਹੁੰਦੀ ਹੈਗੀ ਦੇਖ ਤਾਂ ਸਹੀ ਹੁਣ ਇਹਨੂੰ ਐਂ ਹੀ ਸਰ ਜੂਗਾ ਜ਼ਮੀਨ ਤਾਂ ਸੀ ਮੇਰੇ ਜ਼ਮੀਨ ਨਾ ਹੋ ਗਈ ਹੁਣ ਨੀ ਮੈਂ ਸਿਣਕੀ ਬਿਣਕੀ ਰੋਟੀ ਖਾਂਦੀ ਤੂੰ ਦੇਖ ਸਹੀ ਭਾਂਡੇ ਬਥੇਰੀ ਸਬਜ਼ੀ ਮੰਗਾਇਆ ਕਰੂੰ ਮੈਂ ਤੇਥੋਂ ਉਹ ਖਾ ਲੈ ਹੁਣ ਪਰੇ ਇਕੜਾ ਖਾਂਦੀਆਂ ਨਹੀਂ ਪਾਈ ਜਾਣ ਉਹਨੂੰ ਸਾਰਾ ਦਾ ਨੀਰਾ ਪਹਿਲਾਂ ਉਹ ਸਿੱਟੀ ਜਾਂਦੀਆਂ ਨੇ ਫਿਰ ਆ ਕੇ ਮੈਂ ਸਿੱਟਣ ਲੱਗ ਗਿਆ ਨੀਰਾ ਪਾਇਆ ਨੀਰਾ ਪਾਇਆ ਉਹ ਬੇਬੇ ਨੂੰ ਕਹਿੰਦੇ ਆ ਉਹ ਸਾਰੀ ਲੈ ਸਾਰੀ ਤੂੜੀ ਖਾ ਗਈ ਮੈਂ ਤਾਂ ਕਹਿੰਦਾ ਪਰੇ ਵੇਚ ਹੀ ਦਿੰਦੇ ਮੱਝਾਂ ਜੀਆਂ ਨੂੰ ਉਹ ਮਨ ਆਖਿਆ ਪਿਆ ਜਦੋਂ ਪਹਿਲਾਂ ਹੁਣ ਕੰਮ ਛੱਡਤਾ ਸੀਗਾ ਹੁਣ ਦੁਬਾਰੇ ਕਿਹੜਾ ਹੁੰਦਾ ਕੰਮ ਚੱਲ ਬੇਬੇ ਨੂੰ ਪੁੱਛੂਗਾ ਕੀ ਕਹਿੰਦੀ ਹੈ ਬੇਬੇ ਬੇਬੇ ਕਿਹੜਾ ਵੇਚਣ ਤੂੰ ਇਹਨਾਂ ਨੂੰ ਬੇਬੇ ਤਾਂ ਐਂ ਆਖੂ ਭਾਈ ਤੇਰੇ ਮਾਮੇ ਕੋਲ ਤਾਂ 4-5 ਮੱਝਾਂ ਨੇਗੀਆਂ ਤੂੰ ਵੀ ਹੋਰ ਲੈ ਲੈ ਹੋਰ ਦੱਸ ਇਹਨਾਂ ਨੂੰ ਮੈਂ ਕੀ ਕਰਾਂ ਇਹ ਕਿੱਥੇ ਸਮਝਦੀਆਂ ਨੇ ਅੱਜ ਬੇਬੇ ਨਾਲ ਜਾ ਕੇ ਗੱਲ ਕਰਦਾ ਹੁਣੀ ਜੇ ਬੇਬੇ ਆ ਜਾਂਦੀ ਤਾਂ ਜਦੋਂ ਇਹਨੇ ਗੱਲ ਕਰ ਹੀ ਲੈਂਦਾ ਲੈ ਬੇਬੇ ਤਾਂ ਆਈ ਬੈਠੀ ਹੈ ਬੇਬੇ ਕਿੱਧਰ ਭੱਜ ਗਈ ਸੀਗੀ ਕਿੱਧਰ ਜਾਣਾ ਸੀਗਾ ਭਾਈ ਆ ਪਿੰਡ ਚ ਗਈ ਸੀਗੀ ਪਿੰਡ ਚ ਗਈ ਨੂੰ ਵਧਾਈਆਂ ਦੇਣ ਲੱਗ ਗਈਆਂ ਸਾਰੀਆਂ ਅੱਗੇ ਤੇਰੇ ਨਾਲ ਜ਼ਮੀਨ ਹੋ ਗਈ ਤੂੰ ਵਧੀਆ ਹੋ ਗਿਆ ਕਹਿੰਦੇ ਆ ਗਏ ਇੰਨੇ ਚਿਰ ਤੋਂ ਬਲਾਈਆਂ ਬੁੜੀਆਂ ਨੇ ਮੇਰੇ ਤੇ ਚਾ ਮਨਾਇਆ ਭਾਈ ਨਾ ਬੇਬੇ ਬਧਾਈਆਂ ਤਾਂ ਦੇਣੀ ਹੀ ਸੀਗੀਆਂ ਉਹ ਹਰਪ੍ਰੀਤ ਤਾਂ ਹੀ ਕਹਿੰਦੀ ਸੀ ਅੱਗੇ ਬੇਬੇ ਪਿੰਡ ਚ ਗਈ ਹੈ ਅੱਗੇ ਉਹ ਤਾਂ ਨਾ ਪਾੜ ਬਾਈਆਂ ਮਾਰਦੀ ਫਿਰਦੀ ਹੈ ਅੱਗੇ ਮੇਰੇ ਨਾਲ ਜ਼ਮੀਨ ਲੱਗ ਗਈ ਉਹ ਮਹਾਂ ਪਾੜ ਬਾਈਆਂ ਕਹਦੀਆਂ ਮੇਰੀ ਮਾਂ ਦੀ ਜ਼ਮੀਨ ਸੀ ਉਹਦੇ ਨਾਲ ਹੀ ਮੁੜ ਕੇ ਆ ਗਈ ਚੱਲ ਬੰਦੇ ਨੂੰ ਹੌਸਲਾ ਤਾਂ ਬੇਬੇ ਹੋ ਹੀ ਜਾਂਦਾ ਭਾਈ ਇਹ ਹੌਸਲਾ ਤਾਂ ਕਿੱਥੇ ਮੇਰੇ ਨਾਲ ਜ਼ਮੀਨ ਇਹਦੇ ਨਾ ਹੋ ਗਈ ਸੀ ਕਿੱਥੇ ਹੁਣ ਮੇਰੇ ਨਾਲ ਦੁਬਾਰੇ ਹੋ ਗਈ ਮੈਂ ਤਾਂ ਕਰਮ ਵਾਲੀ ਆ ਹਾਂ ਇਹ ਵੀ ਗੱਲ ਤਾਂ ਤੇਰੀ ਠੀਕ ਹੈ ਮੈਂ ਕਹਿੰਦਾ ਤੇਰਾ ਸਲਾਹ ਕਰਨੀ ਸੀ ਉਹ ਜੇ ਆਪਾਂ ਮੱਝਾਂ ਵੇਚੀ ਦੀ ਸਾਰੀ ਤੂੜੀ ਖਾ ਜਾਂਦੀਆਂ ਨੇ ਕਿੰਨਾ ਖਰਚਾ ਪੈਂਦਾ ਪਰ ਮੁੱਲ ਨਾ ਲੈ ਲੈਗਰੀ ਦੁੱਧ ਮੁੱਲ ਦੇ ਦੁੱਧ ਭਾਈ ਜਿਹੜੇ ਹੁੰਦੇ ਨੇਗੇ ਮੁੱਲ ਦੇ ਦੁੱਧ ਨਾ ਸਰੇ ਹੁਣ ਤੇਰੇ ਮਾਮੇ ਕੇ ਕਾਇਮ ਹਿੱਸਾ ਨੇ ਘਰ ਦਾ ਦੁੱਧ ਸੀ ਘਰ ਦਾ ਘਿਓ ਸੀਗਾ ਦੇਖ ਕਿੰਨੇ ਟੱਬਰ ਚ ਉਹਨਾਂ ਦੇ ਭੋਰਾ ਭੋਰਾ ਚੀਜ਼ ਆਉਂਦੀ ਸੀ ਆਪਣਾ ਤਾਂ ਟੱਬਰ ਥੋੜਾ ਜਿਹਾ ਮੌਜ ਨਾਲ ਆਪਾਂ ਘਿਓ ਘੂ ਪਾਵਾਂਗੇ ਤੇ ਸਿਆਲ ਚ ਰਲਾ ਲਾਂਗੇ ਮੈਂ 2-4 ਸਿਰ ਮੈਂ ਰਲਾ ਲੂੰਗੀ ਬਗਾਨੇ ਘਰੇ ਮੈਂ ਰੋਟੀਆਂ ਖਾਧੀਆਂ 4-5 ਸਾਲ ਕਿੱਥੇ ਆਪਦਾ ਘਰ ਕਿੱਥੇ ਬਗਾਨਾ ਉਹ ਬੇਬੇ ਇਹ ਤਾਂ ਮੈਂ ਪਹਿਲੀ ਗੱਲ ਮਨ ਚ ਕਰੀ ਸੀ ਮਹਾਰਾ ਬੇਬੇ ਤਾਂ ਹੁਣ ਐਂ ਕਹੂ ਭਾਈ ਤੇਰੇ ਮਾਮੇ ਕੋਲ ਤਾਂ 5-4 ਮੈਂ ਸੱਸ ਗਈਆਂ ਤੂੰ ਤਾਂ ਹਜੇ 2 ਲੀਟਰ ਹੋਰ ਲੈ ਉਹ ਨਾਲੇ ਬੇਬੇ ਹੁਣ ਤੂੰ ਬਥੇਰਾ ਉੱਥੇ ਖਾ ਕੇ ਆਈਆਂ ਹਨਾ ਇੰਨੀਆਂ ਦੇ ਮੱਝਾਂ ਸੀਗੀਆਂ ਹੁਣ ਦੱਸਾਂ ਆਪਾਂ ਨੂੰ ਕੀ ਹੈ ਕਿ ਆਪਾਂ ਉਹਨਾਂ ਕ ਲੈ ਲਿਆ ਕਰਾਂਗੇ ਜਿੰਨੇ ਦਾ ਆਪਾਂ ਨੂੰ ਸਰਜਿਆ ਕਰੂ ਆਪਾਂ ਥੋੜਾ ਜਿਹਾ ਵੱਧ ਲੈ ਲਿਆ ਕਰਾਂਗੇ ਤੇ ਕਿਤੇ ਘੱਟ ਲੈ ਲਿਆ ਕਰਾਂਗੇ ਐਂ ਦੇਖ ਲੈ ਕਿਉਂ ਵੱਧ ਘੱਟ ਲੈ ਲਿਆ ਕਰਾਂਗੇ ਭਾਈ ਨਾਲੇ ਤਾਂ ਆਪਣਾ ਕਹਿੰਦੇ 5-4 ਸਿਰ ਦੁੱਧ ਪਾਇਆ ਕਰਾਂਗੇ ਕਬੀਲਦਾਰੀ ਚੱਲੂ ਨਾਲੇ ਆਪਾਂ ਘਰੇ ਬੀਮਾ ਖਾਵਾਂਗੇ ਕਹਿੰਦੇ ਪਸ਼ੂਆਂ ਨੂੰ ਆਂਡਣ ਲੱਗਿਆਂਗੇ ਕੰਮ ਹੈਗਾ ਨਹੀਂ ਸਾਰਾ ਦਿਨ ਇਹ ਹਰਪ੍ਰੀਤ ਵਿਹਲੀ ਹੋ ਜੂ ਬਾਹਰ ਕਹਿੰਦੇ ਕੌੜਾਂ ਦੀ ਕੁੱਤੀ ਗੇੜੇ ਦਿੰਦੀ ਫਿਰਿਆ ਕਰੂਗੀ ਕਿੱਥੇ ਘਰੇ ਕੰਮ ਕਰਦੀ ਹੈ ਉਹ ਬੇਬੇ ਤੂੰ ਤਾਂ ਭੋਲੀਆਂ ਗੱਲਾਂ ਕਰਦੀ ਹੈ ਉਹ ਮੈਂ ਤਾਂ ਕਲੇਸ਼ ਤੋਂ ਡਰਦਾ ਵੀ ਤੁਸੀਂ ਹੁਣ ਮੱਝਾਂ ਪਿੱਛੇ ਲੜੀ ਜਾਂਦੇ ਹੋ ਬੇਬੇ ਤੂੰ ਤਾਂ ਹੁਣ ਬੇਬੇ ਮਾੜਾ ਮੋਟਾ ਬਾਹਰ ਜਾਣੀ ਹੈ ਆਪਦੀਆਂ ਸਹੇਲੀਆਂ ਕੋਲੇ ਉਹ ਤੇਰੇ ਨਾਲ ਲੜੀ ਜਾਇਆ ਕਰੂ ਪਰ ਇਹ ਮੱਝਾਂ ਵੇਚ ਦਿੰਦੇ ਆ ਪਰ ਇਹ ਕੰਮ ਨਿਪੜੂਗਾ ਮੇਰਾ ਖੇਤੀ ਖੇਤੀ ਦਾ ਕੰਮ ਰਹਿ ਜੂਗਾ ਉਹ ਆਪਾਂ ਜੀਰੀ ਲਾਉਣੀ ਹੈ ਆਪਣੇ ਕੋਈ ਕੰਮ ਹੀ ਨਹੀਂ ਰਹਿਣਾ ਬਾਣੀਆਂ ਵਰਗਾ ਕੰਮ ਹੋਜੂ ਆਪਣਾ ਨਹੀਂ ਨਹੀਂ ਭਾਈ ਬਾਣੀਆਂ ਵਰਗਾ ਕੰਮ ਕਿਵੇਂ ਹੋਜੂਗਾ ਪਸ਼ੂ ਨੇ ਆਪਾਂ ਵੇਚਦੇ ਪਸ਼ੂਆਂ ਨਾਲ ਹੀ ਆਪਣੇ ਕੰਮ ਨੇ ਉਹ ਆਪਣੇ ਕੀ ਕੰਮ ਹੈਗੇ ਬਾਣੀਆਂ ਵਰਗਾ ਕੰਮ ਵੀ ਬਾਣੀਆਂ ਤੋਂ ਪਿੰਨ ਨਾਲ ਕੰਮ ਕਰਦੇ ਆ ਤੇ ਆਪਣੇ ਪਸ਼ੂਆਂ ਨਾਲ ਕੰਮ ਚੱਲਦਾ ਹੈਗਾ ਆਪਾਂ ਕਮਾਈ ਕਾਹਦੀ ਹੋਊਗੀ ਬਾਣੀਆਂ ਦੇ ਤਾਂ ਕਮਾਈ ਪਿੰਨ ਦੀ ਤੇ ਕਾਪੀ ਦੀ ਹੈ ਭਾਈ ਆਪਣੇ ਨਹੀਂ ਲੋਟ ਆਉਂਦਾ ਪਸ਼ੂਆਂ ਬਿਨਾ ਪਸ਼ੂ ਤਾਂ ਆਪਾਂ ਰੱਖਾਂਗੇ ਆ ਦੇਖ ਲੈ ਹੁਣ ਰਕਾਨ ਜ਼ਮੀਨ ਕਾਹਦੀ ਲਵਾਤੀ ਮੇਰੇ ਨਾਲ ਹੁਣ ਤਾਂ ਰੋਟੀ ਵੀ ਸਿਣਕੀ ਭਿਣਕੀ ਦਿਆ ਕਰੂ ਮੈਨੂੰ ਬੇਬੇ ਕੀ ਗੱਲ ਹੋ ਗਈ ਰੋਟੀ ਤਾਂ ਜਵਾਬ ਦਿੰਦੀ ਹੈ ਹੁਣ ਜਵਾਬ ਕਿਉਂ ਦਿੰਦੀ ਹੈ ਭਾਈ ਆ ਰਾਜਮਾ ਖਾਣੇ ਮੈਂ ਕਿੰਨਾ ਚਿਰ ਹੋ ਗਿਆ ਖਾਦਾ ਨਾ ਕਰੇ ਤੇ ਅੱਜ ਰਾਜਮਾ ਹਾਂ ਦੀ ਤੇਰੀ ਬੇਟੀ ਦਾ ਬੇਬੇ ਤੇਰੇ ਨਾਲ ਮੈਂ ਪਹਿਲਾਂ ਕਿਹਾ ਸੀ ਮਹਾ ਤੂੰ ਆਲੂ ਦੇ ਰਾਜਮਾ ਕਿਉਂ ਬਣਾਈ ਜਾਂਦੀ ਬੇਬੇ ਖਾਂਦੀ ਨਹੀਂ ਕਹਿੰਦੀ ਲੈ 5 ਸਾਲਾਂ ਤੋਂ ਹੁਣ ਬੇਬੇ ਉੱਥੇ ਆਈ ਹੈ ਉੱਥੇ ਤਾਂ ਰਾਜਮਾ ਖਾਣ ਲੱਗੀ ਹੂ ਲੈ ਮਹਾ ਆਦਤਾਂ ਕਦੇ ਬੰਦੀਆਂ ਥੋੜਾ ਬਦਲਦੀਆਂ ਹੁੰਦੀਆਂ ਨੇ ਲੈ ਭਾਈ ਰਾਜਮਾ ਕਿ 5 ਸਾਲਾਂ ਤੋਂ ਬੇਬੇ ਆਈ ਹੈ ਤੇ ਖਾਣ ਲੱਗ ਜਦੋਂ ਮੈਂ ਪਹਿਲਾਂ ਜੰਮੀ ਹੋਈ ਉੱਥੋਂ ਆਈ ਸੀ ਉਹਨਾਂ ਨੇ 20 ਸਾਲ ਦੀ ਨਾਈ ਨੇ ਖਾਦੇ ਹੁਣ ਮੈਂ 5 ਸਾਲਾਂ ਤੋਂ ਰਾਜਮਾ ਖਾਣ ਸਿੱਖ ਗਈ
ਦੇਖ ਲੈ ਕਈਆਂ ਜਿਹੀਆਂ ਗੱਲਾਂ ਕਰਦੀ ਹੈ। ਮੈਂ ਬਥੇਰਾ ਇਹਨੂੰ ਸਮਝਾਇਆ ਸੀਗਾ, ਇਹਨੇ ਮੱਲੋ ਮੱਲੀ ਦੇਖ ਲਿਆ ਰਾਜਮਾ, ਹੁਣ ਇਹਨੇ ਪਿਉਂਤੇ ਨੇਗੇ, ਤੇ ਹੁਣ ਬੇਬੇ ਦੱਸ ਤੈਨੂੰ ਕਾਹਦੀ ਸਬਜ਼ੀ ਬਣਾ ਕੇ ਦੇਈਏ? ਆਪੇ ਦੇਊਗੀ ਭਾਈ, ਮੈਂ ਤਾਂ ਹੁਣ ਕਹਿ ਕੇ ਹੀ ਆਂਗੀ, ਮੈਂ ਨੀ ਰਾਜਮਾ ਖਾਂਦੀ। ਧਰ ਲਾ ਕਹਿੰਦੇ ਚੱਕ ਕੇ, ਮੈਂ ਤਾਂ ਨਾਲੀ ਚ ਪਾ ਦੂ, ਨਹੀਂ ਜੇ ਨਾ ਇਹਨੇ ਉਹ ਕੀਤਾ ਤੇ ਮੈਂ ਤਾਂ ਇਹਨੂੰ ਕਹਿ ਕੇ ਭਾਈ ਛੋਲੂ ਤੇ ਪਨੀਰ ਮੰਗਾ ਲਾ ਤੇ ਮੈਂ ਤਾਂ ਉਹ ਬੇਬੇ ਮੇਰੀ ਗੱਲ ਸੁਣ ਲੈ, ਜਿਹੜੀ ਤੂੰ ਨਾਲੀ ਵਾਲੀ ਗੱਲ ਕਰਦੀ ਹੈ ਨਾ, ਤੂੰ ਵੀ ਮਾੜਾ ਜਿਹਾ ਸ਼ਾਂਤੀ ਰੱਖਿਆ ਕਰ, ਐਂ ਨਾ ਕਿਹਾ ਕਰ। ਅਸੀਂ ਤਾਂ ਰਾਜਮਾ ਤੇ ਆਲੂ ਖਾ ਹੀ ਲਵਾਂਗੇ, ਤੇਰੇ ਵਾਸਤੇ ਮੈਂ ਚੱਲ ਮਟਰ ਪਨੀਰ ਦੇਣਾ ਢਾਬੇ ਤੋਂ। ਕਿਤੇ ਮਰਜ਼ੀ ਲਿਆ ਭਾਈ, ਉਹ ਜੋ ਵੱਧ ਤਲਿਆ ਫਿਰਿਆ ਸਮਾਨ ਉਹ ਤੜਕਾ ਫੜਕਾ ਬਾਹਰ ਆਊ, ਉਹ ਨੀ ਮੈਂ ਖਾਂਦੀ। ਬੇਬੇ ਇੱਕ ਦਿਨ ਦੀ ਗੱਲ ਹੈ, ਮੜਾ ਉਹ ਚ ਦੁੱਧ ਪਾ ਲਈ ਕੀ ਗੱਲ ਹੈ? ਨਹੀਂ ਨਹੀਂ ਭਾਈ, ਘਰੇ ਬਣਾਵਾਂਗੇ, ਤੂੰ ਲਿਆ ਕੇ ਦੇ, ਮੈਂ ਬਣਾ ਲੂੰਗੀ। ਅੱਛਾ ਲਿਆ ਕੇ ਦੇ, ਮੈਂ ਘਰੇ ਬਣਾ ਲੂੰਗੀ। ਹਾਂ ਮੈਂ ਤਾਂ ਆਪੇ ਬਣਾ ਲੂੰਗੀ। ਚੱਲ ਬੇਬੇ ਤੇਰੀ ਮਰਜ਼ੀ ਹੈ, ਨਾ ਤੂੰ ਨਾ ਮੜਾ ਜਿਹਾ ਸ਼ਾਂਤੀ ਰੱਖਿਆ ਕਰ, ਤੂੰ ਨਾ ਇਹ ਗੱਲਾਂ ਬੋਲਿਆ ਕਰ। ਉਹ ਤੂੰ ਤਾਂ ਸਿਆਣੀ ਹੈ, ਤੈਨੂੰ ਤਾਂ ਗੱਲਾਂ ਦੀ ਢੱਕ ਪੁੱਛਣੀ ਆਉਂਦੀ ਹੈ। ਤੂੰ ਕਹਿੰਦੀ ਮੈਂ ਨਾਲੀ ਚ ਪਾ ਦੂੰ ਚੱਕ ਕੇ, ਉਹ ਤਰ੍ਹਾਂ ਉਹ ਤੇ ਹਲੇ ਜਿੱਦ ਬੋਲ ਐਵੇਂ ਮਾੜੀ ਮੋਟੀ ਗੱਲ ਤੇ ਹੋ ਜਾਂਦੀ ਹੈ। ਜਿੱਦ ਬੋਲ ਤਾਂ ਭਾਈ ਜਦੋਂ ਹੋਊ ਦੇਖੀ ਜਾਊ, ਫਿਰ ਇਹ ਜੇ ਅੱਜ ਨਾ ਮੈਂ ਇਹਨੂੰ ਕਿਹਾ ਵੀ ਨਾਲੀ ਚ ਪਾ ਦੇ, ਸਵੇਰੇ ਫੇਰ ਧਰ ਲੂਗੀ, ਫਿਰ ਆਪਾਂ ਰੋਜ਼ ਦੋ ਦੋ ਦਾਣਾ ਕਰਾਂਗੇ, ਇੰਨੇ ਖਰਚੇ ਵਧਾਈ ਚੱਲਾਂਗੇ। ਓਏ ਬੇ ਕੀ ਗੱਲ ਹੈ, ਦੋ ਦਾਣਾ ਦੀ ਕੀ ਗੱਲ ਹੈ ਜੀ, ਤੂੰ ਤਾਂ ਇਵੇਂ ਹੀ ਕਰੀ ਜਾਨੀ ਹੈ। ਉਹ ਨਾਲੇ ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਆਖਿਆ ਸੀ ਬੇਬੇ ਨੂੰ ਪੁੱਛ ਕੀ ਬਣਾਇਆ ਕਰ ਦਾਲ ਸਬਜ਼ੀ ਤੂੰ, ਐਦੂ ਬਾਅਦ ਨਾ ਜਿਹੜੀ ਬੇਬੇ ਤੂੰ ਕਿਹਾ ਕਰੇਗੀ ਉਹੀ ਦਾਲ ਸਬਜ਼ੀ ਬਣਾਵਾਂਗੇ। ਚੱਲ ਚੰਗਾ ਭਾਈ, ਜੇ ਹਾਂ ਇਹ ਕਹਿੰਦੇ ਵੀ ਦਾਲ ਸਬਜ਼ੀ ਜਿਹੜੀ ਤੂੰ ਖਾਣੀ ਆਪਾਂ ਉਹ ਬਣਾ ਲਿਆ ਕਰਾਂਗੇ, ਕੋਈ ਨਾ ਤੇਰੇ ਆਖੇ ਮੈਂ ਵੀ ਨਹੀਂ ਮੋੜਦੀ, ਕੋਈ ਨਾ ਮੈਂ ਵੀ ਮਾੜਾ ਜਿਹਾ ਤਰੀ ਜੀ ਨਾ ਖਾ ਲੂੰਗਾ। ਹਾਂ ਬੇਬੇ ਇਹ ਤਾਂ ਤੇਰੀ ਗੱਲ ਵਧੀਆ ਹੈ, ਨਾਲੇ ਮੈਂ ਹੁਣ ਜਾਂਦਾ ਹਨਾ, ਨਾਲੇ ਮੌਕੇ ਤੇ ਕਿਤੇ ਤੈਨੂੰ ਪਤਾ ਹੀ ਹੈ ਔਖਾ ਹੋ ਜਾਂਦਾ ਭਾਈ। ਔਖਾ ਹੋ ਜਾਂਦਾ ਬੇਬੇ, ਮਾੜੀ ਜੀ ਢੱਕ ਵਿੱਚ ਲੈ ਕਰ। ਕੋਈ ਨਾ ਮੈਂ ਵੀ ਮਾੜਾ ਜਿਹਾ ਤਰੀ ਜੀ ਨਾ ਖਾ ਲੂੰਗੀ, ਨਾ ਖਾਊਂ ਮੈਂ ਦਾਣੇ, ਕੋਈ ਨਾ ਬੇਬੇ। ਹੁਣ ਮੇਰਾ ਤਾਂ ਇਰਾਦਾ ਸੀਗਾ ਮੱਝਾਂ ਵੇਚਣ ਦਾ, ਚੱਲ ਜਿਵੇਂ ਤੂੰ ਕਹਿਣੀ ਹੈ ਫਿਰ ਆਪਾਂ ਰੱਖ ਲੈਂਦੇ ਹਾਂ। ਨਾ ਨਾ ਵੇਚਦੇ ਨਹੀਂ ਪੁੱਤ, ਆਪਾਂ ਰੱਖਾਂਗੇ ਮੈਸਾਂ। ਮੈਸਾਂ ਹੋਈਆਂ ਪਸ਼ੂ ਜੱਟ ਜ਼ਿਮੀਂਦਾਰ ਦਾ, ਇਹਦੇ ਨਾਲ ਕਹਿੰਦੇ ਘਰ ਹੁੰਦਾ ਤੇ ਜ਼ਮੀਨ ਜਾਇਦਾਦ ਨਾ ਹੁੰਦਾ। ਆਪਾਂ ਇਸੇ ਨਾਲ ਹੀ ਸੋਹਣੇਗੇ, ਜ਼ਮੀਨਾਂ ਨਾਲ ਤੇ ਪਸ਼ੂਆਂ ਨਾਲ ਤੇ ਘਰ ਨਾਲ, ਉਹ ਆਪਾਂ ਵੇਲੇ ਨਹੀਂ ਪੁੱਤ, ਸੋਹਣੇ ਲੱਗਦੇ। ਬੇਬੇ ਤੇਰੀ ਗੱਲ ਤਾਂ ਠੀਕ ਹੈ ਜੀ, ਆਪਾਂ ਹਨਾ ਮੱਝਾਂ ਹੀ ਵੇਚਦੀਆਂ, ਦੇਖ ਲੈ ਫਿਰ ਆਪਾਂ ਨੂੰ ਕੀ ਕੰਮ ਰਹਿ ਜੂਗਾ। ਕੀ ਕੰਮ ਰਹਿ ਜੂਗਾ, ਆਪਾਂ ਨਿਦਰੇ ਜੇ ਹੋ ਜਾਵਾਂਗੇ ਫਿਰ। ਨਹੀਂ ਤਾਂ ਨਿਦਰੇ ਜੇ ਹੋ ਜਾਵਾਂਗੇ, ਨਾਲੇ ਇੱਥੇ ਕਹਿੰਦੇ ਆਪਣੇ ਹਰਪ੍ਰੀਤ ਕਦੇ ਕੋਈ ਆ ਗਈ, ਕਦੇ ਕੋਈ ਆ ਗਈ, ਇੱਥੇ ਖੜੀ ਗੱਲਾਂ ਮਾਰੀ ਜਾਊ, ਚੋਲਿਆਂ ਕਰ ਕਰ ਲੜਾ ਦੇਣਗੇ ਆਪਾਂ ਨੂੰ ਰਹਿਣ ਦੇ। ਹਾਂ ਹੁਣ ਐਂ ਤਾਂ ਤੂੰ ਕਹਿ ਦੇਣੀ ਹੈ ਵੀ ਚਾਹ ਭਾਈ ਨੀਰਾ ਪਾਣੇ, ਬਹਾਨੇ ਨਾਲ ਬੰਦਾ ਠਾ ਬਹਾਨੇ ਨਾਲ ਬੇਰ ਬੇਲੀ ਨੂੰ, ਮੈਨੂੰ ਕੰਮ ਨੂੰ ਨਹੀਂ ਕਿਹਾ ਜਾਣਾ। ਕਦੇ ਮੈਂ ਨੀਰੇ ਨੂੰ ਕਹਿੰਦੀ, ਕਦੇ ਮੈਂ ਉਹਨੂੰ ਸੁੰਬਰ ਨੂੰ ਕਹਿੰਦੀ, ਕਦੇ ਮੈਂ ਪਾਣੀ ਪਿਆਉਣ ਨੂੰ ਕਹੂੰਗੀ ਇਹਨੂੰ, ਆਪੇ ਕੰਮ ਲੱਗੀ ਰਹੂ। ਬੇਬੇ ਦੇਖ ਲੈ ਹਨਾ, ਨਹੀਂ ਰਾਜੇ ਤੂੰ ਨਾ ਇੱਥੇ ਹੁੰਦੀ ਨਾ, ਮੈਂ ਤਾਂ ਮੱਝਾਂ ਵੇਚ ਦਿੰਦਾ। ਉਹ ਸਿਆਣੇ ਦਾ ਆਖਿਆ ਚੌਲੇ ਦਾ ਖਾਦਾ ਤਾਂ ਮਗਰੋਂ ਹੀ ਸਵਾਦ ਆਉਂਦਾ। ਗੱਲ ਸਹੀ ਹੈ ਪੁੱਤ, ਗੱਲ ਸਹੀ ਹੈ। ਕੋਈ ਨਾ, ਅਸੀਂ ਤਾਂ ਸੱਸ ਨੂੰ ਹਾਂ ਲੜਾਂਗੇ, ਉਹ ਜਿਹੀਆਂ ਹੋਇਆ ਕਰਨਗੀਆਂ, ਤੂੰ ਨਾ ਸੋਚ ਕਰਿਆ ਕਰ। ਚੰਗਾ ਬੇਬੇ। ਹਾਂ ਚੰਗਾ ਪੁੱਤ, ਲੈ ਮੇਰਾ ਪੁੱਤ ਵੀ ਭੋਲਾ ਹੀ ਹੈ, ਬਸ ਉਹੀ ਮਗਰ ਲੱਗ ਗਿਆ। ਦਿਖਾਓ ਨੀ ਮੇਰੇ ਬੇਬੇ ਸੱਚੀ ਮਟਰ ਪਨੀਰ ਖਾਊਗੀ ਜਾਂ ਛੋਲੂਆ ਪਨੀਰ ਖਾਊਗੀ। ਓਏ ਬੇ ਭੋਲਾ ਪੁੱਤਾ, ਮੈਂ ਖਰਚਾ ਪਹਿਲਾਂ ਨੀ ਕਰਿਆ, ਹੁਣ ਕਿੱਥੋਂ ਕਰੂੰਗੀ? ਫੂਹੀ ਫੂਹੀ ਮੈਂ ਤਾਂ ਘਰ ਬੰਨਿਆ ਸੀਗਾ। ਕੋਈ ਨਾ, ਜਿਹੋ ਜਿਹੇ ਬਣਾਊਗੀ ਉਹ ਜੀ ਖਾ ਲੋ, ਇੰਨਾ ਕਹੇ ਨਾ ਇਹ ਗਾਹਾਂ ਨੂੰ ਨਾ ਭਰਿਆ ਕਰੂਗੀ। ਕੋਈ ਨਾ ਕਹਿੰਦੇ ਮਾਰੇ ਚਟਣੀ ਨਾ ਵੀ ਖਾ ਲੋ, ਜਵਾਕਾਂ ਦਾ ਚਿੱਤਰਾ ਜੀ ਚਾਹੀਦਾ, ਇਹਨਾਂ ਨੂੰ ਖਾਣ ਦੇ ਜਿਹੜੀ ਚੀਜ਼ ਖਾਂਦੇ ਖਾ ਲੈਣਗੇ। ਓਹੋ ਇਹਨੂੰ ਲੈ ਮੀਂਹ ਆ ਗਿਆ, ਆ ਸਾਰਾ ਖਰਾਬ ਹੋ ਗਿਆ। ਇਹ ਤਾਂ ਹੁਣ ਮਾੜੀ ਮੋਟੀ ਕੋਈ ਸਾਬਣ ਜੀ ਮਾਰ ਕੇ ਫੇਰ ਸਮਾਰ ਕੇ ਸਾਫ਼ ਕਰਨਾ ਪਊਗਾ। ਤੜਕੇ ਸਾਫ਼ ਕਰਿਆ ਸੀ, ਲੈ ਹੁਣ ਦੋ ਵਾਰੀ ਸਾਫ਼ ਕਰਨਾ ਪਊਗਾ। ਮਾੜੀ ਜੀ ਹਵਾ ਆ ਜਾਂਦੀ, ਹਨੇਰੀ ਆ ਜਾਂਦੀ, ਰੇਤਾ ਪੈ ਜਾਂਦਾ, ਇਹ ਫੇਰ ਖਰਾਬ ਹੋ ਜਾਂਦਾ। ਹਾਏ ਹਾਏ ਮੇਰੀ ਤਾਂ ਢੂਹੀ ਖੜ ਗਈ, ਹੁਣ ਦੱਸ ਬੁੜੀ ਦਾ ਕੀ ਕਰਾਂ ਹੈ? ਇੱਕ ਤਾਂ ਰਾਜਮਾਂਹ ਤੇ ਆਲੂ ਬਣਾਏ ਪਏ, ਹੁਣ ਕਹਿੰਦੀ ਮੈਨੂੰ ਤਾਂ ਛੋਲੂਆ ਪਨੀਰ ਬਣਾ ਕੇ ਦੇ। ਇਹਨੂੰ ਤਾਂ ਹੁਣ ਰਹਿ ਰਹਿ ਮਤੇ ਆਉਣ ਲੱਗ ਗਏ, ਉਹੀ ਗੱਲ ਹੈ ਤੇ ਜ਼ਮੀਨ ਜੋ ਨਾ ਹੋ ਗਈ, ਹੁਣ ਇਹ ਤਾਂ ਚਾਂਬਲ ਗਈ, ਹੁਣ ਇਹ ਤਾਂ ਇਹੀ ਕੰਮ ਕਰੂਗੀ, ਇਹ ਤਾਂ ਦੁਬਾਰੇ ਉਹੀ ਗੱਲ ਆਪਦਾ ਉਹੀ ਰੂਪ ਦਿਖਾਊਗੀ। ਹੋਰ ਤਾਂ ਇਹਨੂੰ ਕੋਈ ਕੰਮ ਨੀ, ਕੋਈ ਆਏ ਨੀ ਵੀ ਇਹ ਥੱਕ ਗਈ ਕੰਮ ਕਰਦੀ ਕਰਦੀ। ਮਾੜਾ ਮੋਟਾ ਤਰਸ ਕਰ ਲਾਂ, ਤਰਸ ਕਾਹਨੂੰ ਕਰਦੀ ਹੈ? ਜੇ ਐਂ ਪਤਾ ਹੁੰਦਾ ਮੈਂ ਤਾਂ ਉਹਦੀ ਜ਼ਮੀਨ ਹੀ ਨਾ ਕਰੂੰਗੀ, ਆਪਦੀ ਰੱਖ ਲੈਂਦੀ, ਫਿਰ ਪਤਾ ਲੱਗਦਾ ਇਹਨੂੰ। ਇੱਧਰ ਆ ਰਿਹਾ, ਮੇਰੀ ਗੱਲ ਸੁਣ ਕੇ ਜਾ। ਉਹ ਕੀ ਗੱਲ ਸੁਣਾ ਹੁਣ ਮੈਂ ਤੇਰੀ? ਨਾ ਬੇਬੇ ਕੋਲੇ ਬੈਠੇ ਤਾਂ ਤੂੰ ਗੱਲਾਂ ਮਾਰੀ ਜਾਂਦਾ ਸੀ, ਤੇ ਮੇਰੇ ਕੋਲ ਦੀ ਤੂੰ ਭੱਜ ਕੇ ਲੰਘਦਾ। ਉਹਲੇ ਬੇਬੇ ਨਾਲ ਮੈਂ ਗੱਲਾਂ ਐ ਕਰਦਾ ਸੀਗਾ, ਮੱਝਾਂ ਦੀਆਂ ਗੱਲਾਂ ਕਰਦਾ ਸੀ। ਮਹਾਂ ਪਰੇ ਮੱਝਾਂ ਹੀ ਵੇਚ ਦਿੰਦੇ, ਆਪਾਂ ਵਿਹਲੇ ਹੋ ਜਾਂਦੇ, ਉਹ ਦੁੱਧ ਆਪਾਂ ਮੁੱਲੀ ਲੈ ਲਿਆ ਕਰਦੇ।
ਫਿਰ ਵਧੀਆ ਤਾਂ ਹੋਗਾ ਸੀ। ਮੈਂ ਤੈਨੂੰ ਆਖਿਆ ਤੁਸੀਂ ਵੀ ਮੱਝਾਂ ਵੇਚਦੇ ਹੋ, ਬੇਬੇ ਕੀ ਕਹਿੰਦੀ? ਬੇਬੇ ਕਿੱਥੇ ਮੰਨਦੀ ਹੈਗੀ, ਕਹਿੰਦੀ ਤੇਰੇ ਮਾਮੇ ਕੋਲ 4-5 ਮੱਝਾਂ ਸੀਗੀਆਂ ਤੇ ਨਾਲੇ ਮੈਨੂੰ ਕਹਿੰਦੀ ਉੱਥੇ ਕੁਛ ਖਾਣ ਨੂੰ ਵੀ ਨਹੀਂ ਮਿਲਦਾ, ਪਰਿਵਾਰ ਉਹਨਾਂ ਦਾ ਵੱਡਾ ਸੀ ਤੇ ਹੁਣ ਤਾਂ ਆਪਾਂ ਨਾ ਸਮਾਂ ਦੀ ਮੱਝ ਇੱਕ ਅੱਧੀ ਹੋਰ ਲੈ ਤੇ ਆਪਾਂ ਤਾਂ ਘਿਓ ਪਾ ਕੇ ਘਿਓ ਰਲਾਂਗੇ। ਮੈਂ ਤਾਂ ਉਹਦਾ ਹੁਣ ਖਾਣ ਦਾ ਹੋਇਆ ਪਿਆ ਬੇਬੇ ਨੂੰ, ਦੇਖੋ ਮੈਂ ਇੱਥੋਂ ਨੀ ਹੋਰ ਮੱਝ ਮੁੱਝ ਸਮਝਦੀ, ਮੈਂ ਤੈਨੂੰ ਦੱਸਾਂ ਹੋਰ ਨਾ ਪੰਗਾ ਖੜਾ ਕਰ ਲਈ, ਮੈਂ ਤਾਂ ਇਹਨੂੰ ਵੀ ਵੇਚਣ ਨੂੰ ਕਹਿੰਦੀ ਤੇ ਹੋਰ ਲਿਆਉਣ ਨੂੰ ਕਹੀ ਜਾਂਦੇ। ਉਹ ਚੱਲ ਮੱਝ ਤਾਂ ਹੋਰ ਤਾਂ ਨਾ ਲਵਾਂਗੇ, ਇਹਨਾਂ ਨੂੰ ਵੀ ਵੇਚਣ ਦਾ ਇਰਾਦਾ ਕਰ ਸੀ, ਇਹਦਾ ਹੁਣ ਆਪਾਂ ਨੂੰ ਰੱਖਣੀਆਂ ਪੈਣਗੀਆਂ। ਬੇਬੇ ਵੇਚਣ ਨਹੀਂ ਦਿੰਦੀ, ਬੇਬੇ ਨਹੀਂ ਵੇਚਣ ਦਿੰਦੀ, ਬੇਬੇ ਦਾ ਕਹਿੰਦੀ ਵੇਚਣਾ ਨਹੀਂ। ਦੇਖ ਲਾ ਹੁਣ ਤਾਂ ਨਾ ਬੇਬੇ ਉਹੀ ਗੱਲ ਚੰਬੜ ਕੇ ਖੜ ਗਈ, ਬੇਬੇ ਦੇ ਜ਼ਮੀਨ ਨਾ ਕਰਵਾਤੀ, ਸਾਰੇ ਕੰਮ ਤੈਂ ਕਰੇ, ਤੈਨੂੰ ਆਖ ਸੀ ਆਪਦੇ ਨਾ ਕਰਵਾ ਲਾ। ਉਹ ਕੀ ਚੰਬੜ ਗਈ ਮੇਰੀ? ਹਾਂ ਚੰਬੜ ਕੀ ਗਈ, ਉਹਦੀ ਜ਼ਮੀਨ ਸੀ ਉਹਦੇ ਨਾਲ ਲੱਗ ਗਈ, ਕੀ ਗੱਲ ਹੋ ਗਈ ਏਡੀ? ਚੰਬੜੀ ਪਿੰਡ 'ਚ ਬਾ ਗਈ ਭਾਈ, ਸਾਰਿਆਂ ਨੇ ਮੈਨੂੰ, ਸਾਰੀਆਂ ਮੇਰੀਆਂ ਸਹੇਲੀਆਂ ਨੇ ਮੈਨੂੰ ਵਧਾਈਆਂ ਦਿੱਤੀਆਂ, ਉਹ ਵਧਾਈਆਂ ਤਾਂ ਦੇਣੀਆਂ ਸੀਗੀਆਂ। ਵਧਾਈਆਂ ਤਾਂ ਹੁਣ ਦੇਣੀਆਂ ਹੈ, ਇਹਦੇ ਵਰਗੀਆਂ ਸਹੇਲੀਆਂ ਬੁੜੂਆਂ ਨੂੰ ਹੋਰ ਕੀ ਹੁੰਦਾ, ਬੁੜੂਆਂ ਨੂੰ ਤਾਂ ਬੁੜੀ ਮਸਾਂ ਮਿਲਦੀ ਹੁੰਦੀਆਂ ਨੇ, ਇਹ ਤਾਂ 5 ਸਾਲਾਂ ਬਾਅਦ ਮਿਲੀ ਹੈ, ਇਹਨੂੰ ਤਾਂ ਉਹੀ ਗੱਲ ਭਾਈ ਭਾਈ ਚਿੰਬੜਦੀਆਂ ਹੋਣਗੀਆਂ ਵੀ ਸਾਡੀ ਤਾਂ ਪਿਆਰੀ ਸਹੇਲੀ ਵਿਛੜ ਗਈ ਸੀ ਭੈਣੇ, ਸਾਨੂੰ ਤਾਂ 5 ਸਾਲਾਂ ਬਾਅਦ ਮਿਲੀ ਹੈ, ਤੇਰੀ ਨੂੰਹ ਨੇ ਕੱਢਤਾ ਸੀ, ਹੁਣ ਨੂੰਹ ਦੇ ਵਲ ਕੱਢ ਕੇ ਰੱਖੀ, ਖਬਰ ਕੀ ਕਿਉਂ ਗੁਣਾ ਲਾ ਕੇ ਭੇਜੀ? ਕੋਈ ਨਹੀਂ ਕੋਈ ਨਹੀਂ, ਤੂੰ ਤਾਂ ਐਵੇਂ ਸ਼ੱਕ ਜਾ ਕਰ ਜਾਨੀ ਹੈ। ਸ਼ੱਕ ਸ਼ੁੱਕ ਕੋਈ ਨਹੀਂ ਕਰਦੀ, ਆਉਂਦ ਕੋਈ ਸ਼ੁਰੂ ਹੋ ਗਈ ਮੈਨੂੰ ਕਹਿੰਦੀ ਨਾ ਮੈਂ ਨਹੀਂ ਖਾਂਦੀ, ਕਹਿੰਦੀ ਰਾਜਮਾ ਛੋਲਵਾ ਪਨੀਰ ਬਣਾ ਕੇ ਦੇ, ਐ ਕਰ ਮੈਥੋਂ ਨਹੀਂ ਛੋਲਵਾ ਪਨੀਰ ਬਣਦਾ, ਹੋਟਲ ਤੋਂ ਲਿਆ ਦੇ ਉਹਨੂੰ, ਆਪੇ ਦੁੱਧ ਦੱਧ ਪਾ ਕੇ ਖਾ ਲੂਗੀ। ਨਾ ਕਸੂਰ ਕਿਹਦਾ, ਕਸੂਰ ਸਾਰਾ ਤੇਰਾ, ਮੈਂ ਤੈਨੂੰ ਪਹਿਲਾਂ ਹੀ ਕਹਿੰਦਾ ਆਲੂ ਚੀਰੀ ਜਾਂਦੀ ਸੀ ਵੀ ਰਾਜਮਾ ਬੇਬੇ ਨਹੀਂ ਖਾਂਦੀ, ਪੰਗੇ ਤਾਂ ਤੂੰ ਕਰਦੀ ਹੈ, ਤੈਨੂੰ ਕੀ ਭੁੱਲਦੀ ਲੋੜ ਸੀਗੀ ਰਾਜਮਾ? ਨਾ ਹੁਣ ਮੈਂ ਭੁੱਲ ਗਈ, ਮੇਰੇ ਕਿੱਥੇ ਯਾਦ ਰਹਿੰਦੀਆਂ ਗੱਲਾਂ, ਗੱਲ ਤਾਂ ਸਾਲ ਦੀ ਯਾਦ ਨਹੀਂ ਰਹਿਣੀ, ਇਹਨੂੰ ਤਾਂ ਸਾਲ ਇੰਨੇ ਹੋ ਗਏ, ਫਿਰ ਕੀ ਗੱਲ ਹੈ ਜੀ, ਇੱਕ ਦਿਨ ਖਾ ਲਿਆ ਇੱਕ ਦਿਨ ਨਕੜੇ ਜਾਨ ਨਿਕਲ ਜੇ, ਫਿਰ ਆਖਿਆ ਜੀ ਮੈਂ ਚਟਣੀ ਬਣਾ ਦੇਣੀ, ਚਟਣੀ ਖਾ ਲਈ, ਕਹਿੰਦੀ ਤੇਰੇ ਨਾਨਕੀ ਤਾਂ ਮੈਂ ਚਟਣੀ ਖਾ ਲੈਂਦੀ ਹੁੰਦੀ। ਮੇਰੀ ਗੱਲ ਸੁਣ ਲੈ, ਜਿੰਨੀ ਨਾ ਤੂੰ ਮੇਰੀ ਮਾਂ ਨੂੰ ਮਾੜੀ ਸਮਝੀ ਜਾਣੀ ਹੈ, ਇੰਨੀ ਮਾਂ ਮੇਰੀ ਮਾੜੀ ਨਹੀਂ ਹੈਗੀ, ਉਹ ਤਾਂ ਮੈਨੂੰ ਆਖਿਆ ਸੀ, ਮੈਂ ਬੇਬੇ ਮੈਂ ਐਂ ਕਰਦਾ ਤੇਰੇ ਵਾਸਤੇ ਨਾ ਮਟਰ ਪਨੀਰ ਹੋਟਲ ਤੋਂ ਲਿਆ ਦੇਣਾ ਆਪਣੇ ਢਾਬੇ ਤੋਂ, ਕਹਿੰਦੀ ਨਾ ਪੁੱਤ ਨਾ, ਮੈਂ ਤੂੰ ਦੁੱਧ ਪਾ ਕੇ ਖਾ ਲਈ, ਕਹਿੰਦੀ ਮਸਾਲੇ ਵਾਲੇ ਹੁੰਦੇ ਪੁੱਤੋ ਚ, ਮੈਂ ਨਹੀਂ ਉਹ ਖਾਂਦੀ। ਉਹ ਮੈਂ ਆਖਿਆ ਬੇਬੇ ਦੁੱਧ ਪਾ ਕੇ ਤਾਂ ਖਾ ਹੀ ਸਕਦੀ ਹੈ, ਉਹ ਕਹਿੰਦੀ ਕਿਉਂ ਤੂੰ ਮੈਨੂੰ, ਮੈਂ ਤਾਂ ਲਿਆਏਗਾ ਖਰਚਾ ਕਰੇਗਾ ਨਾਲੇ ਮੈਨੂੰ ਬਿਮਾਰ ਕਰੇਗਾ ਤੂੰ, ਉਹ ਕਹਿੰਦੀ ਕੋਈ ਨਹੀਂ ਲਿਆਉਣਾ ਮਟਰ ਪਨੀਰ, ਕੁਛ ਨਹੀਂ ਲਿਆਉਣਾ, ਉਹ ਮੈਂ ਤਾਂ ਤਰੀ ਨਾਲ ਹੀ ਖਾ ਲੂ, ਉਹ ਤਾਂ ਇੰਨੇ ਸਰਫੇ ਕਰਦੀ ਹੈ, ਤੂੰ ਕੀ ਕਹੀ ਜਾਨੀ ਨਾ? ਬੇਬੇ ਮੰਨ ਗਈ ਵੀ ਮੈਂ ਤਰੀ ਨਾਲ ਰੋਟੀ ਖਾ ਲੂ, ਲੈ ਬੇਬੇ ਨੇ ਆਪ ਕਿਹਾ ਮੈਨੂੰ, ਮੈਂ ਤਾਂ ਜਾਂਦਾ ਸੀਗਾ ਲੈਣਾ, ਫਿਰ ਮੇਰੇ ਕੋਲੇ ਤਾਂ ਬੇਬੇ ਮੰਨੀ ਨੀ, ਮੇਰੇ ਤਾਂ ਉਹੀ ਗੱਲ ਪੂਰਾ ਰੋਜ ਆਉਂਦੀ ਹੈ ਵੀ ਨੂੰਹ ਹੈ ਮੇਰੀ, ਮੈਂ ਸਾਸਾਂ ਤਾਂ ਕਹਿੰਦੀ ਹੈ ਮੈਨੂੰ ਤਾਂ ਉਹ ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਉਹ ਰੋਬ ਨਾ ਜਮਾਵੇ ਤਾਂ ਹੋਰ ਕਿਤੇ ਜਮਾਵੇ, ਪਰ ਤੈਨੂੰ ਪਤਾ 4-5 ਸਾਲ ਮੇਰੀ ਮਾਂ ਨੇ ਕਿਵੇਂ ਕੱਟੇ ਐ, ਭਾਵਾਂ ਜੀ ਉਹਦੇ ਪੇਕੇ ਸੀ, ਉਹ ਤਾਂ ਬਗਾਨੇ ਘਰ ਹੀ ਗੱਲ ਹੋ ਜਾਂਦੀ ਹੈ, ਉਹ ਦੇਖ ਲੈ ਐਡਾ ਵੱਡਾ ਉਹਨਾਂ ਦਾ ਪਰਿਵਾਰ ਸੀ, ਉਹ ਤਾਂ ਸਾਰਿਆਂ ਦੀ ਝੱਲਣੀਆਂ ਪੈਂਦੀਆਂ ਸੀ ਉਹਨੂੰ ਤਾਂ ਵਿਚਾਰੀ ਨੂੰ। ਚੱਲ ਫਿਰ ਕੋਈ ਨੀ, ਚੱਲ ਜਿਵੇਂ ਬੇਬੇ ਕਹਿੰਦੀ ਉਵੇਂ ਕਰ ਲਾਂਗੇ, ਹੁਣ ਮਾੜਾ ਮੋਟਾ ਉਹੀ ਗੱਲ, ਬਥੇਰੀ ਬੇਕਦਰੀ ਕਰ ਲਈ ਮੈਂ ਇਹਦੀ ਵਿਚਾਰੀ ਦੀ, ਹੁਣ ਕਾਹਨੂੰ ਇੰਨੀ ਕਰਨੀ ਹੈ, ਮੈਂ ਵੀ ਤੇਰੇ ਮੰਗ ਰੋਈ ਗੱਲ ਤੇਰੀ ਗੱਲ ਸੁਣ ਲੈਂਦੀ ਹਾਂ, ਚੱਲ ਮੈਨੂੰ ਤਾਂ ਥੋੜਾ ਜਿਹਾ ਗੁੱਸਾ ਜਾ ਗਿਆ ਸੀ, ਮੈਂ ਕਾਹਦੀਆਂ ਸਹੇਲੀਆਂ ਮੰਗ ਰਾ ਕੇ ਲੱਗ ਕੇ ਮੈਨੂੰ ਕਿਵੇਂ ਬੋਲਦੀ ਹੈ ਬੇਬੇ, ਬਸ ਮੈਨੂੰ ਇਹੀ ਗੁੱਸਾ ਆ ਗਿਆ ਵੀ ਬੇਬੇ ਨੇ ਇਹ ਨਹੀਂ ਕਿਹਾ ਵੀ ਚੱਲ ਕੋਈ ਨੀ ਭਾਈ ਮੈਨੂੰ ਚੂਰੀ ਕੁੱਟ ਕੇ ਦੇ ਦੀ ਜਾਂ ਮੈਨੂੰ ਚਟਣੀ ਬਣਾ ਕੇ ਦੇ ਦੀ, ਜੇ ਬੇਬੇ ਨਰਮ ਹੋ ਜਾਂਦੀ ਤਾਂ ਮੈਂ ਵੀ ਹੋ ਜਾਂਦੀ, ਬਸ ਮੈਨੂੰ ਇੰਨੀ ਗੱਲ ਤੇ ਗੁੱਸਾ ਆ ਗਿਆ। ਮੇਰੀ ਗੱਲ ਸੁਣ ਲੈ, ਮੈਂ ਗੱਲਾਂ ਕੋਈ ਤੈਨੂੰ ਨਹੀਂ ਸਮਝਾਈ ਜਾਂਦਾ, ਮੈਂ ਬੇਬੇ ਨੂੰ ਵੀ ਬਥੇਰਾ ਸਮਝਾ ਕੇ ਆਇਆ, ਬੇਬੇ ਉਹ ਤੂੰ ਵੀ ਰੁੱਖਾ ਨਾ ਬੋਲਿਆ ਕਰ, ਰੁੱਖਾ ਬੋਲ ਕੇ ਕੀ ਹੈ ਜੇ ਏਕ ਤਾਂ ਨਾ ਮਿਲਵਰਤਨ ਨਾ ਪਰਈਏ ਤਾਂ ਵੀ ਤਾਂ ਰਹੀ ਸਕਦੇ ਆ, ਹੈਂਕੜੀ ਜਵਾਉਣੀ ਆ, ਲੈ ਹੁਣ ਤੈਨੂੰ ਤਾਂ ਜਾਣੇ ਆ, ਲੜਾਂਗੇ ਕੀ ਦੇ ਨਾ ਦੱਸ। ਉਹ ਮੇਰੀ ਗੱਲ ਸੁਣ ਲੈ, ਲੜਾਈਆਂ ਚੋਂ ਕਿਸੇ ਨੇ ਕੀ ਕੱਢਿਆ? ਪਹਿਲਾਂ ਆਪਾਂ ਕੀ ਕੱਢ ਲਿਆ? ਕੁਛ ਨਹੀਂ ਨਿਕਲਦਾ ਜਮਾ, ਕੁਛ ਨਹੀਂ ਨਿਕਲਦਾ, ਚੁੱਪ ਕਰਕੇ ਨਾ ਉਹੀ ਗੱਲ, ਜੇ ਬੇਬੇ ਕਹਿੰਦੀ ਹੈ ਮੈਂ ਰੋਟੀ ਖਾ ਲੂੰ ਤਾਂ ਮੈਂ ਬੇਬੇ ਨੂੰ ਕੋਈ ਨਹੀਂ ਮੈਂ ਚੂਰੀ ਕੁੱਟ ਕੇ ਦੇ ਦੂੰ, ਵਿੱਚ ਮੈਂ 4 ਚਮਚੇ ਘਿਓ ਦੇ ਵੀ ਪਾ ਦੂੰਗੀ। ਆ ਗੱਲ ਵਧੀਆ ਕਰੀਏ, ਮੈਂ ਕਿਹੜਾ ਤਾਂ ਇਹ ਕਿਹਾ ਸੀ, ਮੈਂ ਤਾਂ ਕੋਈ ਪਾਣੀ ਤਾਂ ਨਹੀਂ ਨਾ ਤਰੀ ਜੀ ਨਾ ਖਾ ਲੂੰਗਾ ਲੈ, ਤੇ ਤੂੰ ਜਦੋਂ ਚੂਰੀ ਕੁੱਟ ਕੇ ਦਿੱਤੀ ਬੇਬੇ ਤਾਂ ਖੁਸ਼ ਹੋ ਜਾਊਗੀ। ਲੈ ਚੂਰੀ ਕੱਲੀ ਥੋੜੀ ਦੇਊਂਗੀ, ਵਿੱਚ 4 ਚਮਚੇ ਘਿਓ ਦੇ ਪਾਏ, ਬੇਬੇ ਤਾਂ ਭੱਜ ਕੇ ਖਾ ਲੂਗੀ। ਹਾਂ ਤੂੰ ਐਂ ਕਰੀ, ਬੇਬੇ ਦੀ ਪੂਰੀ ਸੇਵਾ ਕਰਿਆ ਕਰ ਨਾ, ਬੇਬੇ ਦੀ ਤਾਂ ਮੈਂ ਦੇਖ ਕਰੂੰਗੀ ਤਾਂ ਸੇਵੀ, ਬਸ ਉਹੀ ਮੈਨੂੰ ਐ ਰੱਖ ਜਾ ਹੋ ਗਿਆ, ਮੈਂ ਕਹਾਂ ਕਿ ਮੈਂ ਜ਼ਮੀਨ ਲਵਾ ਲਈ, ਬੇਬੇ ਤਾਂ ਆਕੜ ਕਰਦੀ। ਬਸ ਤੁਸੀਂ ਸੇਵਾ ਕਰੇਂਗੀ, ਬੇਬੇ ਨੂੰ ਐਂ ਹੋ ਜੂ,
ਉਹਦਾ ਚੌੜੀ ਹੋਜੂ ਮਾੜੀ ਜਿਹੀ ਨਾਲੇ ਵੀ ਮੇਰੇ ਖਾਣ 10 ਕਿੱਲੇ ਤਾਂ ਮੇਰੀ ਸੇਵਾ ਕਰਦੇ ਆ। ਹਾਂ ਹਾਂ ਗੱਲ ਤਾਂ ਉਹੀ ਕਰਨੀ ਆਪਾਂ ਤਾਂ ਸੇਵਾ, ਫਿਰ ਉਂ ਕਰਾਂ ਮੈਂ ਇਹਨੂੰ ਰੋਟੀ ਨਹੀਂ ਦਿੰਦੀ, ਸੇਵਾ ਤਾਂ ਹੁਣ ਮੈਂ ਕਰਾਂਗੀ। ਗੱਲਾਂ ਨਾ ਮਰੀਆ ਤੇ ਮੈਨੂੰ ਰੋਟੀ ਫੜਾ ਜਾ ਕੇ। ਚੱਲ ਮੈਂ ਚੂਰੀ ਕੁੱਟ ਕੇ ਦਿੰਨੀ ਆ ਤੇ ਤੁਸੀਂ ਵੀ ਟਾਈਮ ਨਾਲ ਖਾ ਲਿਓ ਰੋਟੀ, ਆ ਕੇ ਨਾ ਹੋਵੇ ਉੱਥੇ ਤੇਰੇ ਫਿਰੋਂ ਬਾਹਰ। ਲੈ ਚੱਲ ਹੁਣ ਤਾਂ ਬੇਬੇ ਨੂੰ ਮਨਾਉਣਾ ਪਊਗਾ, ਐ ਹੁਣ ਲੜਾਈਆਂ ਕਰਕੇ ਕੀ ਨਿਕਲੂਗਾ ਬੇਬੇ। ਹਾਂ ਪੁੱਤ ਮੈਂ ਤਾਂ ਇਹ ਕਹਿੰਦੀ ਸੀ ਤੈਨੂੰ, ਮੈਂ ਮੈਨੂੰ ਤਾਂ ਤੂੰ ਜਰਕਦੇ ਨੇ ਜਵਾਬ ਦੇ ਤਾ ਵੀ ਭਾਈ ਮੈਂ ਤਾਂ ਖਾਂਦੀ ਨੀ ਰਾਜਮਾ ਤੇ ਆਪਦੇ ਪੁੱਤ ਨੂੰ ਕਹਿਤਾ ਮੈਂ ਖਾ ਲੂੰਗੀ। ਫਿਰ ਮੇਰੇ ਪੁੱਤ ਨੇ ਭਾਈ ਕਹਿੰਦਾ ਮੈਨੂੰ ਮਿੱਠ ਤਾਂ ਨਾ ਪੁੱਛ ਲਿਆ। ਅੱਛਾ ਵੀ ਬੇਬੇ ਕਹਿੰਦੇ ਕੋਈ ਗੱਲ ਨੀ ਵੀ ਖਾ ਲੈ, ਕਹਿੰਦੇ ਦਾਲ ਇਹੀ ਰਾਜਮਾ ਖਾਣੀ ਨਹੀਂ ਖਾਣੀ, ਮੈਂ ਮਟਰ ਪਨੀਰ ਉੱਥੋਂ ਛੋਲੂ ਪਨੀਰ ਬਣਿਆ ਬਣਾਇਆ ਲਿਆਉਣਾ। ਮੈਂ ਆਖਿਆ ਕਿੱਥੇ ਜਾਊਗਾ ਵਿਚਾਰਾ, ਚੱਲ ਜਵਾਕ ਮੈਂ ਸਾਹ ਦੇ ਚਾਹ ਨਾ ਬਣਾਈ ਹੋਈ ਤੁਸੀਂ ਦੋਨਾਂ ਜਾਣੇ ਨੇ, ਚੱਲ ਮੈਂ ਤਰੀ ਜੀ ਨਾ ਖਾ ਲੂੰ। ਪਰ ਕੋਈ ਨੀ ਬੇਬੇ ਮੈਂ ਤੈਨੂੰ ਤਰੀ ਨਾ ਕੋਈ ਰੁੱਖੀ ਨੀ ਦਿੰਦੀ, ਨਹੀਂ ਤਾਂ ਮੈਂ ਤਰੀ ਜੀ ਪਾ ਕੇ ਨਾ ਵਿੱਚ 4 ਚਮਚ ਘਿਓ ਦੇ ਪਾ ਕੇ ਤੈਨੂੰ ਚੂਰੀ ਕੁੱਟ ਕੇ ਦੇਊਂਗੀ, ਐ ਕੋਈ ਮੈਂ ਤੈਨੂੰ ਰੁੱਖੀ ਸਬਜ਼ੀ ਥੋੜੀ ਬਣਾਉਂਗੀ। ਫਿਰ ਹਾਂ ਗੱਲ ਕਰੀਏ ਨਾ ਪੁੱਤ ਤਾਂ ਧੀਆਂ ਵਾਲੀ, ਤਾਂਹੀਓ ਕਹਿੰਦੇ ਉਹਨੇ ਕਿ ਧੀਆਂ ਚ ਤੇ ਨੂੰਹਾਂ ਚ ਬਾਹਲਾ ਫਰਕ ਹੈ। ਪਹਿਲਾਂ ਤਾਂ ਮੈਂ ਗੱਲ ਕਰੀ ਸੀ ਮੇਰੇ ਨਾਲ ਨੂੰਹਾਂ ਵਾਲੀ, ਹੁਣ ਕਰੀਏ ਤਾਂ ਧੀਆਂ ਵਾਲੀ ਮੇਰੇ ਨਾਲ ਗੱਲ। ਜਦੋਂ ਤੂੰ ਹਾਂ ਮੈਨੂੰ ਰੋਟੀ ਦੇਵੇਂਗੀ ਫਿਰ ਮੈਨੂੰ ਕੀ ਆਪਾਂ ਮੈਂ ਕਿਹੋ ਜਿਹੀ ਦੇ ਦੇ, ਮੈਨੂੰ ਤਾਂ ਰੋਟੀ ਕਹਿੰਦਾ ਮੈਂ ਚਟਨੀ ਨਾਲ ਦੇ ਦੇਈ ਪੁੱਤ, ਐ ਮਿੱਠੇ ਦੇ ਨਾਲ ਦਾ ਦੇਖ ਲੈ ਬੇਬੇ। ਜੇ ਮੈਂ ਤੇਰੀ ਧੀ ਬਣ ਗਈ ਤਾਂ ਤੂੰ ਵੀ ਮੇਰੀ ਮਾਂ ਬਣ ਗਈ, ਤਾਂ ਮਿੱਠੇ ਨੂੰ ਮਿੱਠਾ, ਮਿੱਠੇ ਨੂੰ ਮਿੱਠਾ। ਮੇਰੀ ਧੀ ਜੇ ਤੂੰ ਆਣੀ ਚੂਰੀ ਮੁੱਕਿਆ, ਧੀਆਂ ਚੂਰੀ ਕਹਿਣਾ, ਨੂੰਹਾਂ ਨੇ ਅੱਜ ਕੱਲ੍ਹ ਚੂਰੀ ਕਹਿਣਾ, ਫੇਰ ਹੀ ਮੈਂ ਤੇਰੀ ਮਾਂ ਬਣੂਗੀ ਪੁੱਤ। ਜਿਵੇਂ ਤੂੰ ਰੋਟੀ ਦੇਵੇਂਗੀ ਉਵੇਂ ਠੀਕ ਹੈ ਪੁੱਤ ਮੈਨੂੰ। ਚੱਲ ਠੀਕ ਹੈ ਬੇਬੇ, ਮੈਂ ਤੈਨੂੰ ਚੂਰੀ ਕੁੱਟ ਕੇ ਦਿੰਦੀ ਹਾਂ ਵਿੱਚ ਕਿਉਂ ਪਾ ਕੇ ਵਧੀਆ, ਤੇ ਵੇਖੇ ਜ਼ਮੀਨਾਂ ਜਮੂਨਾਂ ਤਾਂ ਇੱਥੇ ਪਈਆਂ ਰਹਿ ਜਾਂਦੀਆਂ, ਜ਼ਮੀਨਾਂ ਦੇ ਤਾਂ ਐਵੇਂ ਬੰਦਾ ਹੁਣ ਘਰ ਚੱਕੀ ਫਿਰਦਾ। ਪਹਿਲਾਂ ਮੈਂ ਚੱਕੀ ਫਿਰਦੀ ਸੀ, ਹੁਣ ਤੈਨੂੰ ਹੋ ਜਾਊਗਾ। ਜ਼ਮੀਨ ਦਾ ਛੱਡ ਦੇ ਵੀ ਮੇਰੇ ਨਾਲ ਜ਼ਮੀਨ ਹੈ, ਭੁੱਲੀ ਜਾ, ਉਹ ਤਾਂ ਉਹੀ ਗੱਲ ਮਿੱਟੀ ਹੈ ਬੇਬੇ, ਉਹ ਤੇ ਖੇਤਾਂ 'ਚ ਪਈ ਹੈ, ਕੋਈ ਆਪਣੇ ਆਈ ਨਹੀਂ ਹੈਗਾ, ਕੋਈ ਆਪਣੇ ਕੰਮ ਆਉਂਦੀ ਉਹ ਬੁੜੀਆਂ ਨੇ, ਉਹ ਤਾਂ ਵੇਖ ਫਸਲ ਹੁੰਦੀ ਹੈ ਉਹਦੇ 'ਚ, ਜਿਹੜੀ ਫਸਲ ਹੋਊਗੀ ਉਹ ਫਸਲ ਤਾਂ ਹੁਣ ਤੇਰੇ ਮੁੰਡੇ ਨਹੀਂ ਵੱਢਣੀ ਹੈ। ਗੱਲ ਸਹੀ ਹੈ, ਮੇਰੇ ਨਾਲ ਸੀ ਤਾਂ ਵੀ ਇਹਨੇ ਫਸਲ ਵੱਢ ਕੇ ਇਹਨੇ ਵੇਚਣੀ ਸੀ, ਜੇ ਤੇਰੇ ਨਾਲ ਤਾਂ ਵੀ ਉਹ ਵੇਚੂਗਾ। ਇਹ ਤਾਂ ਐਵੇਂ ਮਾਣ ਹੁੰਦਾ ਬੰਦੇ ਨੂੰ, ਮੇਰੇ ਨਾਲ ਨਾ ਹੋਏ ਤਾਂ ਕੀ ਹੋ ਜਾਂਦਾ, ਨਾ 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 ਹੋਏ ਤਾਂ ਕੀ ਹੋਣਾ ਪੁੱਤ। ਪਹਿਲਾਂ ਵੇਖ ਕਹਿੰਦੇ ਮੇਰੇ ਨਾਲ ਜ਼ਮੀਨ ਸੀ, ਮੈਨੂੰ ਆਏ ਸੀ ਮੇਰੇ ਕੋਲ ਜ਼ਮੀਨ ਹੈ, ਤੈਨੂੰ ਆਏ ਹੋ ਗਏ ਬੇਬੇ ਦੇ ਨਾਲ ਜ਼ਮੀਨ ਹੈ ਮੈਂ ਕਰਾ ਲਾਂ, ਮੈਂ ਕਰਾ ਲਈ। ਜਦੋਂ ਤੇਰੀ ਨੂੰਹ ਨੇ ਕਹਿੰਦੇ ਤੈਨੂੰ ਨਾ ਸਿਆਣਾ, ਤੇਰੀ ਨੂੰਹ ਮੰਗਣ ਲੱਗ ਗਈ ਜ਼ਮੀਨ ਤੇ ਇੱਥੋਂ, ਮੁੜ ਕੇ ਤੂੰ ਮੈਨੂੰ ਲਿਆ ਕੇ ਇੱਥੇ ਮੇਰੇ ਨਾਲ ਕਰਾਤੀ, ਦੇਖ ਲੈ ਬੇਬੇ। ਉਹੀ ਗੱਲ ਜਿਵੇਂ ਕਹਿੰਦੇ ਹੁੰਦੇ ਆ ਭਾਵੇਂ ਕਿਤੇ ਮਰਜ਼ੀ ਵਗ ਜੇ, ਕਿਤੇ ਮੇਰੇ ਨਾਲ ਆ ਗਈ, ਕਿਤੇ ਕਿਸੇ ਨਾਲ ਵਗ ਗਈ, ਐਂਡ ਤੇ ਮੁੜ ਕੇ ਤੇਰੇ ਨਾਲ ਹੀ ਆ, ਮੇਰੇ ਨਾਲ ਆ। ਨਾਲੇ ਪੁੱਤ ਜ਼ਮੀਨਾਂ ਜੇ ਆਪਾਂ ਕਿੱਥੇ ਜਾਂਦੀਆਂ, ਕੋਈ ਨੀ ਨਾਲ ਲੈ ਕੇ ਜਾਂਦਾ। ਮੇਰੇ ਬੀੜੀ ਮੇਰੀ ਸੱਸ ਮੈਨੂੰ ਦੇ ਗਈ ਸੀ, ਮੈਂ ਕਹਾਂ ਤੈਨੂੰ ਦੇ ਜੂ, ਤੂੰ ਆਪਦੇ ਨਾਲ ਪੁੱਤ ਧੀਆਂ ਦੇ ਜਾਏਂਗੀ ਜ਼ਮੀਨ ਲੈ ਕੇ ਆਉਣ ਜਾਓ। ਇੱਥੇ ਤਾਂ ਕਹਿੰਦੇ ਇਹ ਕੋਈ ਚੀਜ਼ ਦਰਖਤਾ ਵੀ ਆਪਾਂ ਫੁੱਗ ਕੇ ਹੋਰ ਥਾਂ ਲੈ ਜਾਂਗੇ ਪੁੱਤ, ਇੱਥੇ ਪਈ ਰਹਿ ਜੂਗੀ, ਇੱਥੇ ਰਹਿ ਜਾਂਦੀਆਂ ਬੇਬੇ। ਇਹ ਤਾਂ ਐਵੇਂ ਭਰਮਾਂਗੇ, ਪਰ ਮੈਂ ਤੈਨੂੰ ਰੋਟੀ ਲਿਆ ਕੇ ਦਿੰਦੀ ਹਾਂ ਵਧੀਆ ਸ਼ਾਂਤੀ ਨਾਲ ਰੋਟੀ ਖਾਵੇ ਕੇ, ਮੈਂ ਤੈਨੂੰ ਦੱਸਾਂ ਕਿਸੇ ਦੇ ਮਗਰ ਨਾ ਲੱਗੀ। ਮੈਂ ਨਾ ਸ਼ਾਂਤੀ ਨਾਲ ਤਾਂ ਮੈਂ ਕਿਉਂ ਖਾਊਂਗੀ ਪੁੱਤ, ਕੱਲੀ ਬਹਿ ਕੇ ਖਾਊਂਗਾ ਰੋਟੀ, ਸ਼ਾਂਤੀ ਨਾਲ ਕਿੱਥੇ ਬੈਠੂਗੀ। ਓਹੋ ਬੇਬੇ ਤੂੰ ਤਾਂ ਸਹੇਲੀ ਤੇ ਗੱਲ ਲੈ ਗਈ, ਹੋਰ ਭੁੱਲੀ ਗਈ ਵੀ ਤੇਰੀ ਸਹੇਲੀ ਦਾ ਨਾਂ ਸ਼ਾਂਤੀ ਆ, ਤਾਂ ਮੈਂ ਕਹਿੰਦੀ ਹਾਂ ਪੁੱਤ ਤੈਨੂੰ ਕਹਿੰਦਾ ਕਹਿੰਦੀ ਸ਼ਾਂਤੀ ਨਾਲ ਬਹਿ ਕੇ ਖਾ, ਸ਼ਾਂਤੀ ਮੇਰੇ ਕੋਲ ਕਿੱਥੋਂ ਆਜੂ, ਮੈਂ ਤਾਂ ਕੱਲੀ ਬਹਿ ਕੇ ਖਾਉ ਪੁੱਤ ਉਹਦੇ ਮੰਜੇ ਤੇ। ਨਹੀਂ ਬੇਬੇ ਅੱਜ ਤਾਂ ਭਾਵੇਂ ਤੂੰ ਨਾਲ ਸ਼ਾਂਤੀ ਨੂੰ ਲਿਆਉਣੀ, ਮੈਂ ਤਾਂ ਉਹਨੂੰ ਵੀ ਖਵਾਉਣ ਦੀ ਨਾਲ। ਲੈ ਕਿੱਥੇ ਤਾਂ ਕਹਿੰਦੇ ਕਾਲੇ ਪੁੱਤ ਤੂੰ ਮੈਨੂੰ ਰੋਟੀ ਨਹੀਂ ਸੀ ਦਿੰਦੀ, ਕਹਿੰਦੀ ਸੀ ਚਟਣੀ ਕੁੱਟ ਲੂ, ਕਿੱਥੇ ਹੁਣ ਤੂੰ ਕਹਿੰਦੇ ਮੈਂ ਸ਼ਾਂਤੀ ਨੂੰ ਵੀ ਖਵਾ ਦੋ, ਰਹਿਣ ਦੇ ਪਰ ਸ਼ਾਂਤੀ ਨੂੰ। ਹੁਣ ਤੇਰੇ ਮਗਰੋਂ ਇੰਨਾ ਉਹ ਆਈ ਨਹੀਂ ਸੀ ਨਾ, ਕਦੇ ਕਦੇ ਗੇੜਾ ਮਾਰਦੀ ਸੀ, ਮੈਨੂੰ ਪੁੱਛ ਜਾਂਦੀ ਕੁੜੇ ਤੇਰੀ ਮਾਂ ਦਾ ਕੀ ਹਾਲ ਚਾਲ, ਮੈਂ ਕਹਿੰਦੀ ਠੀਕ ਹੈ। ਮੈਂ ਤਾਂ ਮੋਤਲੇ ਮਨੋਂ ਜੋ ਕਹਿੰਦੀ, ਮੈਂ ਕਿਹੜਾ ਕੋਈ ਤੇਰੇ ਨਾਲ ਰੋਜ਼ ਹੀ ਫੋਨ ਤੇ ਗੱਲਾਂ ਕਰਦੀ ਸੀ। ਗੱਲ ਸਹੀ ਹੈ, ਨਾਲੇ ਐਵੇਂ ਨਾ ਸ਼ਾਂਤੀ ਨੂੰ ਯਾਦ ਕਰ ਪੁੱਤ, ਸ਼ਾਂਤੀ ਚੁਗਲੀਆਂ ਕਰ ਕਰ ਆਪਾਂ ਸੱਸ ਨੂੰ ਹਾਂ ਲੜਾ ਦੂਗੇ, ਆਪਾਂ ਮਾਂ ਮਾਂ ਦੀ ਇੱਕ ਬਣ ਗਈਆਂ, ਛੱਡ ਪਰੇ ਖੇੜਾ, ਕਹਿੰਦੇ ਤੂੰ ਰੋਟੀ ਪਕਾ ਮੈਂ ਤੇਰੇ ਕੋਲ ਖੜ ਕੇ ਉੱਥੇ ਖਾ ਲੂੰ, ਆ ਜਾ ਚੱਲ ਆ ਜਾਵੇ। ਮੈਂ ਸ਼ਾਂਤੀ ਦੀ ਆਦਤ ਤੇ ਚੁਗਲੀ ਕਰਨ ਦੀ ਮੈਨੂੰ ਨਹੀਂ, ਉਹ ਕਰਦੀ ਨਹੀਂ। ਨਹੀਂ ਨਹੀਂ ਸ਼ਾਂਤੀ ਦੀ ਗੱਲ ਨਾ ਛੇੜਿਆ ਕਰ, ਆਪਾਂ ਸ਼ਾਂਤੀ ਦੇ ਨਾਂ ਰਹਿੰਦੇ, ਆਪਾਂ ਤਾਂ ਇਕੱਲੀ ਰਹਾਂਗੇ। ਚੰਗਾ ਆ ਜਾਵੇ ਵੀ, ਫਿਰ ਅੰਦਰ ਹੀ ਆ ਜਾ, ਪੀੜੀ ਤੇ ਬਹਿ ਕੇ ਖਾ ਲਈ, ਆ ਜਾ। ਉਹ ਮੈਂ ਨਾ ਮਟਰ ਪਨੀਰ ਤੇ ਛੋਲੂ ਦੀ ਦਾਲ ਲਿਆ ਕੇ ਨਾ ਦਿੱਤੀ, ਪਤਾ ਨੀ ਬੇਬੇ ਨੂੰ ਰੋਟੀ ਨਹੀਂ ਫੜਾਈ ਹੋ, ਪਤਾ ਨੀ ਨਾ
ਕਿਤੇ ਕਲੇਸ਼ੀ ਨਾ ਕਰੀ ਬੈਠੀਆਂ ਹੁਣ। ਬੇਬੇ ਹਾਂ ਭਾਈ ਰੋਟੀ ਖਾ ਲਈ? ਹੋਰ ਖਾ ਲਈ ਪੁੱਤ ਮੈਂ ਰੋਟੀ, ਜਿਹੜੀ ਛੋਲਵਾ ਪਨੀਰ ਤੈਂ ਲਿਆ ਕੇ ਦਿੱਤਾ ਸੀ। ਲੈ ਬੇਬੇ ਤੂੰ ਮੈਨੂੰ ਮਿਲਣੇ ਦੇਈਏ ਨੀ, ਆਪ ਨੇ ਤਾਂ ਮੈਨੂੰ ਕਿਹਾ ਸੀ ਵੀ ਭਾਈ ਤੂੰ ਕਿਉਂ ਖਰਚ ਕਰਦਾ ਆ, ਉਹ ਚ ਮਸਾਲਾ ਵਾਲਾ ਹੁੰਦਾ ਹੈਗਾ ਤੇ ਮੈਂ ਤਾਂ ਆਲੂਆਂ ਦੀ ਤਰੀ ਨਾਲ ਹੀ ਖਾ ਲੂੰਗੀ। ਲੈ ਬੇਬੇ ਮੈਂ ਕਹਿਣਾ ਸੀ ਤੂੰ ਕਿਹੜਾ, ਮੈਂ ਕਹਿੰਦੇ ਤੂੰ ਰਹਿ ਜਾਂਦਾ ਬਾਂਹ ਫੜ ਕੇ ਮੋੜਾ ਸੀ ਵੀ ਲਿਆਈ ਨਾ, ਹੁਣ ਤੂੰ ਮੇਰੇ ਕੋਲ ਬੈਠਾ ਰਿਹਾ, ਮੈਂ ਕਹਿਤਾ। ਉਹ ਬੇਬੇ ਇਸੇ ਗੱਲ ਤੋਂ ਤਾਂ ਮੈਂ ਡਰਦਾ ਹੁੰਦਾ ਸੀਗਾ, ਮੈਂ ਨਾ ਘਰੇ ਕਲੇਸ਼ ਹੋਇਆ ਹੋਊ, ਤੂੰ ਆਪ ਹੀ ਮੈਨੂੰ ਰੋਕਤਾ, ਆਪ ਹੀ ਤੁਸੀਂ ਹੁਣ ਲੜੀ ਜਾਨੀ ਹੋ। ਕੋਈ ਲੜਦਾ ਨੀ ਭਾਈ, ਮੈਂ ਤਾਂ ਤੈਨੂੰ ਕਹਿਣੀ ਆ ਤੇ ਇਹਨਾਂ ਤੋਂ ਚੰਗੀ ਕਹਿੰਦੇ ਮੇਰੀ ਨੂੰਹ ਰਹੀ, ਨੂੰਹ ਵੀ ਨੀ ਇੱਕ ਤਰ੍ਹਾਂ ਦੀ, ਉਹ ਮੇਰੀ ਧੀ ਹੈਗੀ, ਨੂੰਹ ਵਾਲੀ ਸਕੀਰੀ ਨੇ ਰੱਖੀ ਆ ਨਾ, ਅੱਜ ਮੈਂ ਨਾ ਧੀ ਵਾਲੀ ਰੱਖੀ ਹੈ। ਅੱਜ ਧੀ ਵਾਲੀ ਸਕੀਰੀ? ਹਾਂ ਧੀ ਵਾਲੀ, ਉਹਨੇ ਤਾਂ ਮੈਨੂੰ ਇੰਨਾ ਘਿਓ ਪਾ ਕੇ ਚੂਰੀ ਕੁੱਟ ਕੇ ਦਿੱਤੀ ਹੈ ਦਾਲ ਚ। ਅੱਛਾ ਅੱਛਾ ਹਾਂ, ਚੂਰੀ ਕੁੱਟ ਕੇ ਦਿੱਤੀ ਤਾਂ ਮੈਨੂੰ ਵੀ ਕਹਿੰਦੀ ਸੀ, ਮੈਂ ਬੇਬੇ ਨੂੰ ਚੂਰੀ ਕੁੱਟੂ, ਉਹ ਮੈਨੂੰ ਤਾਂ ਐ ਸੀ ਮੈਂ ਕਿਹੜੀ ਕੁੱਟੂਗੀ ਚੂਰੀ, ਉਹ ਐਵੇਂ ਕਹੀ ਜਾਂਦੀ ਹੈ। ਨਾ ਨਾ ਭਾਈ ਮੈਨੂੰ ਤਾਂ ਕੋਈ ਰਾਜ ਮਾਂ ਨਹੀਂ ਬੁਰੇ ਲੱਗੇ, ਮੈਨੂੰ ਤਾਂ ਬਾਹਲੀ ਵਧੀਆ ਲੱਗੀ, ਕਹਿੰਦੇ ਚੂਰੀ ਕੁੱਟੀ ਮੈਂ ਤਾਂ ਰੱਜ ਕੇ ਰੋਟੀ ਖਾਧੀ ਹੈ। ਆਹ ਦੇਖ ਲੈ ਬੇਬੇ, ਪਤਾ ਲੱਗ ਗਿਆ ਤੈਨੂੰ, ਕਮਾਲ ਹੀ ਹੋ ਗਈ ਅੱਜ ਤੂੰ ਤਾਂ ਲੜਾਉਣ ਨੂੰ ਫਿਰਦਾ ਸੱਸ ਨੂੰਹਾਂ ਨੂੰ ਸਾਨੂੰ, ਤੇ ਅਸੀਂ ਸੱਸ ਨੂੰਹਾਂ ਨੇ ਕਰ ਲਿਆ ਇੱਕ। ਬੇਬੇ ਐਂ ਕਹਿੰਦੀ ਮੈਨੂੰ ਤੂੰ ਲੜਾਉਣਾ, ਉਹ ਨਾ ਫਿਰ ਮੈਂ ਪਹਿਲਾਂ ਤੁਹਾਨੂੰ ਲੜਾਉਂਦਾ ਸੀਗਾ ਤੇ ਹੋਰ ਹੁਣ ਤੁਸੀਂ ਤਾਂ ਲੜਾਉਂਦਾ ਸੀਗਾ। ਕਾਹਨੂੰ ਬੜੀ ਲੜਾਉਂਦਾ ਸੀ ਤੇ ਤੁਸੀਂ ਲਾਹਨੂੰ ਤੂੰ ਲੜਾਉਂਦਾ ਸੀਗਾ ਪੁੱਤ, ਉਸ ਤਾਂ ਤੇਰੇ ਚ ਫਰਕ ਸੀ, ਕੁਛ ਮੇਰੇ ਚ ਫਰਕ ਸੀ, ਤੂੰ ਨੂੰਹ ਵਾਲਾ ਪੱਖ ਰੱਖਦੀ ਸੀ ਤੇ ਮੈਂ ਤੇਰੇ ਨਾਲ ਕਹਿੰਦੇ ਧੀਆਂ ਵਾਲਾ ਬਣਾਉਂਦੀ ਸੀ, ਤੂੰ ਧੀਆਂ ਵਾਲਾ ਬਣਦੀ ਨਹੀਂ ਸੀ, ਹੁਣ ਤੂੰ ਮੇਰੇ ਨਾਲ ਧੀਆਂ ਰੱਖਣ ਲੱਗ ਗਈ ਤੇ ਮੈਂ ਤੇਰੇ ਨਾਲ ਮਾਮਾ ਰੱਖਣ ਲੱਗ ਗਈ। ਮਨਾਂ ਚੋਂ ਖਾਰ ਕੱਢਤੀ, ਖਾਰ ਕੱਢਤੀ, ਖਾਰ ਸੀ ਪਹਿਲਾਂ ਤੁਹਾਡੇ ਮਨਾਂ ਚ, ਖਾਰ ਤਾਂ ਫਿਰ ਐ ਕੱਢਤੀ ਨੇ। ਮੈਂ ਕਿਹਾ ਬੇਬੇ ਨੂੰ ਵਿਚਾਰੀ ਨੂੰ 5 ਸਾਲ ਹੋ ਗਏ ਦੇਖ ਪੇਕਿਆਂ ਦੇ ਘਰੇ ਬੈਠੀ ਨੂੰ, ਤੇ ਜੇ ਮੈਂ ਅੱਜ ਵੀ ਖਾਰ ਰੱਖੀਗੀ ਇਹ ਕਿੱਦੇ ਸੁੱਖ ਲਊਗੀ ਫਿਰ। ਗੱਲ ਸਹੀ ਹੈ, ਮੈਂ ਹੁਣ ਨੂੰਹ ਵਾਲੀ ਸਕੀਰੀ ਰੱਖਦੀ ਪੁੱਤ ਤੇਰੇ ਨਾਲ, ਤੇ ਆਈ ਰੱਖੂ ਜਿਵੇਂ ਟਾਈਮ, ਜੇ ਮੈਨੂੰ ਰੋਟੀ ਖਵਾਈ ਹੈ ਤੂੰ ਮੈਨੂੰ ਆਈ ਰੋਟੀ ਖਵਾਇਆ ਕਰ, ਚਾਹ ਪਾਣੀ ਦਿਆ ਕਰ, ਤੇ ਮੈਂ ਧੀ ਆਵਾਂਗੂ ਤੇਰੇ ਨਾਲ ਵਰਤੇਵਾ ਰੱਖੂਗੀ ਵੀ ਮੇਰੀ ਧੀ ਹੈ। ਠੀਕ ਹੈ ਬੇਬੇ, ਜੇ ਕੋ ਮੈਂ ਤੋ ਗਲਤੀ ਹੋ ਗਈ ਬੇਬੇ ਮੈਨੂੰ ਮਾਫ ਕਰ ਦੇ, ਨਾ ਕੋਈ ਗਲਤੀ ਨਹੀਂ ਹੋਈ। ਸੋਚਦਾ ਕਾਨੂੰ ਕੀ ਗਲਤੀ ਹੋਈ ਹੈ, ਇਹਦਾ ਸਮਝੋ ਮੈਂ ਹੀ ਲੜਾਉਣ, ਸੱਸ ਨੂੰ ਤੁਸੀਂ ਕੱਲੀਆਂ ਬਹਿ ਕੇ ਗੱਲਾਂ ਕਰੋ। ਦੇਖ ਲਾ ਲੈ ਬੇਬੇ ਉਹ ਭੱਜ ਗਿਆ ਉੱਠ ਕੇ, ਦੇਖੀ ਕਿੰਨਾ ਔਖਾ ਹੁੰਦਾ ਦੇਖ ਲਾ। ਨਹੀਂ ਨਹੀਂ ਪੁੱਤ ਇਹ ਤਾਂ ਜਰਿਆ ਨਹੀਂ ਗਿਆ, ਤੂੰ ਮੇਰੇ ਕਹਿੰਦੇ ਧੀ ਹੈ ਤੇ ਮੈਂ ਤੇਰੀ ਮਾਂ ਗੀ। ਵੱਖਰੀ ਸੋਚ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੋ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਇਹਦਾ ਅਗਲਾ ਐਪੀਸੋਡ ਜ਼ਰੂਰ ਦੇਖਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਮੈਂਟ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੱਖਰੀ ਸੋਚ ਚੈਨਲ ਤੇ ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ। ਹਰਦੇਵ ਸਿੰਘ ਜੀ, ਪਰਮਿੰਦਰ ਕੌਰ ਫਤਿਹਗੜ੍ਹ ਸਾਹਿਬ ਜੀ, ਰੇਖਾ ਸ਼ਰਮਾ, ਧਰੁਵਿਕਾ ਸ਼ਰਮਾ, ਨੈਤ ਸ਼ਰਮਾ, ਲੀਲਾ ਰਾਮ ਨਾਂਗਲਾ, ਰਵਿੰਦਰ ਕੌਰ ਹਮਜਾਪੁਰ, ਲਵਪ੍ਰੀਤ ਇੰਜੀਨੀਅਰ ਵਰਕਸ ਕੋਟਕਪੂਰਾ, ਕ੍ਰਿਸ਼ਨ ਲਾਲ ਡਰਾਈਵਰ ਡੇਲਵਾਂ ਰਾਜਸਥਾਨ, ਬਲਵਿੰਦਰ ਸਿੰਘ ਚਾਨਾ, ਵੀਰਪਾਲ ਕੌਰ ਚਾਨਾ, ਰਾਮਗੜੀਆ ਰਤੀਆ ਹਰਿਆਣਾ, ਆਇਸ਼ਾ ਭੁੱਲਰ, ਮਾਇਸ਼ਾ ਭੁੱਲਰ, ਜੁਗਰਾਜ ਭੁੱਲਰ, ਡਾਕਟਰ ਰਣਜੀਤ ਸਿੰਘ ਖੰਗੂੜਾ, ਲਤਾਲਾ ਲੁਧਿਆਣਾ, ਕੈਲਗਰੀ ਕੈਨੇਡਾ, ਗੁਰਵਿੰਦਰ ਸਿੰਘ ਕੁਲਾਰ ਪਿੰਡ ਮਿੱਡੂ ਖੇੜਾ ਸ੍ਰੀ ਮੁਕਤਸਰ ਸਾਹਿਬ ਜੀ, ਬੌਬੀ ਰਾਜਾ ਹਾਂਗਕਾਂਗ, ਤਰਨਵੀਰ ਸਿੰਘ ਮੋਗਾ, ਹੈਪੀ ਜੋਸ਼ੀ, ਪਰਮਜੀਤ ਕੌਰ ਮੋਗਾ, ਰਵਿੰਦਰ ਕੌਰ ਗੜਸਾਣਾ ਮੰਡੀ, ਬਲਜਿੰਦਰ ਸਿੰਘ ਪਰਮਜੀਤ ਕੌਰ ਮੋਗਾ, ਕਮਲੇਸ਼ ਪਠੇਲਾ ਸ੍ਰੀ ਮੁਕਤਸਰ ਸਾਹਿਬ ਜੀ, ਕਿਰਨਜੀਤ ਸਿੱਧੂ, ਦਰਸ਼ਨ ਸਿੰਘ ਨਵੀਂ ਮੰਡੀ ਗੜਸਾਣਾ ਰਾਜਸਥਾਨ, ਨਛੱਤਰ ਪਸੌੜੀਆ ਪਸੌੜ ਵਾਲਾ, ਅਮਰ ਸਿੰਘ ਪਟਿਆਲਾ, ਜਸਜੀਤ ਸ਼ਰਮਾ ਸੇਖਾ, ਦਲਜੀਤ ਕੌਰ, ਕੁਲਵਿੰਦਰ ਕੌਰ ਨਾਗਰਾ, ਗੁਰਪ੍ਰਵਿੰਦਰ ਸਿੰਘ,
ਨਰਸੀ ਰਾਮ ਬਠਿੰਡਾ, ਕਮਲਦੀਪ ਬਠਿੰਡਾ, ਮਹਿਕ ਸਿੱਧੂ, ਗੁਰਲਾਲ ਸਿੱਧੂ, ਅਨੀਤਾ ਰਾਣੀ, ਸਿੱਧੂ ਫਿਲਮਜ, ਕ੍ਰਿਸ਼ਨਾ ਗੋਇਲ, ਜੱਗਾ ਪੂਣੀਆ, ਲਛਮਣ ਟੇਲਰ, ਰਘਵੀਰ, ਸਾਡਾ ਪੰਜਾਬ ਵਿਰਸਾ, ਸੁਨੀਤ, ਸਤੀਸ਼ ਖਿੱਪਲ, ਸੁਰਿੰਦਰਪਾਲ ਸਿੰਘ ਅਬੋਹਰ, ਕੁਲਦੀਪ ਜੋਸ਼ੀ, ਰਜਨੀ ਸ਼ਰਮਾ, ਹਰਮਨਦੀਪ ਕੌਰ, ਚਰਨਜੀਤ ਪੂਣੀਆ ਬਠਿੰਡਾ, ਭੋਲਾ ਗਿੱਲ, ਗੁਰਮੀਤ ਸਿੰਘ, ਸੁਖਵਿੰਦਰ ਕੌਰ ਹੁਸ਼ਿਆਰਪੁਰ, ਦੀਪਾ ਸੁਨਿਆਣਾ, ਹੈਰੀ ਜੋ ਸਿੰਘ, ਨੀਲਮ ਅਨਮੋਲ ਸਿੰਘ, ਰੇਣੂ ਅਰੋੜਾ ਦਿੱਲੀ, ਪਰਮਜੀਤ ਕੌਰ, ਚਰਨਜੀਤ ਕੌਰ, ਜਸਵੀਰ ਸਿੰਘ, ਜਸਵਿੰਦਰ ਕੌਰ, ਗੁਰਦੀਪ ਸਿੰਘ ਦਿਓਣ, ਨਾਮਸੋ ਦੀਪਾ, ਪ੍ਰਭ ਰੰਧਾਵਾ ਤਰਨ ਤਾਰਨ, ਤਰਨਵੀਰ ਸਿੰਘ ਮੋਗਾ, ਰੁਪਿੰਦਰ, ਜਸਵੀਰ ਰਾਏਪੁਰ ਮਾਖਾ, ਜਗਸੀਰ ਮਾਸਟਰ ਤਲਵੰਡੀ ਅਕਲੀਆ। ਜਿਨ੍ਹਾਂ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ, ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮੰਨਿਓ ਰਹਿ ਗਏ, ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ। ਸਾਨੂੰ ਕਮੈਂਟ ਕਰਨ ਲਈ, ਸਾਨੂੰ ਸੁਝਾਅ ਦੇਣ ਲਈ, ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।